ਜਦ ਬਚਪਨ ਚ ਕਦੀ ਪਾਕਟ ਮਨੀ ਮਿਲਦੀ ਹੁੰਦੀ ਸੀਗੀ ਪਾਕਟ ਮਨੀ ਤਾਂ ਮਿਲਦੀ ਹੁੰਦੀ ਸੀ ਜੀ ਹੂੰ ਤੇ ਪਾਕਟ ਮਨੀ ਘਰ ਦੇ ਬਰ ਉਨੀ ਕੁ ਮਿਲਦੀ ਹੁੰਦੀ ਸੀ ਜਿੰਨਾ ਕਿ ਚਾਹੀਦਾ ਹੁੰਦਾ ਸੀਗਾ ਕਿੰਨੀ ਕੁ ਬਹੁਤ ਘੱਟ ਬਹੁਤ ਘੱਟ ਕਿ ਬਾਲਸ ਟਾਈਮ ਬਹੁਤ ਘੱਟ ਕੀ ਕਿੰਨੀ ਕੁ ਵੀ ਆ 100 ਰੁਪਏ ਦਿੱਤਾ ਇਹਦੇ ਵਿੱਚ ਹੀ ਚੱਲਣਾ ਕੰਮ ਤੇਰਾ ਤੇ ਤੁਸੀਂ ਜੋੜਦੇ ਸੀਗੇ ਖਰਚ ਦੇਂਦੇ ਸੀ ਖਰਚ ਖਰਚ ਦੇਂਦੇ ਸੀਗੇ ਯਾਰੀ ਦੋਸਤੀ ਦੇ ਸਿਰ ਤੇ ਬਹੁਤ ਕੰਮ ਚੱਲਦਾ ਹੁੰਦਾ ਸੀ ਹੂੰ ਹੂੰ ਕਿਉਂਕਿ ਯਾਰ ਦੋਸਤ ਆਲਵੇਜ਼ ਨਾਲ ਖੜਦੇ ਹੁੰਦੇ ਸੀਗੇ ਹੁਣ ਵੀ ਖੜਦੇ ਆ ਘਰ ਹੂੰ ਤੋ ਯਾਰੀ ਦੋਸਤੀ ਤੇ ਉਹ ਵੀ ਕਈ ਵਾਰ ਉਧਾਰ ਸੁਧਾਰ ਚੱਲਦਾ ਹੁੰਦਾ ਸੀ ਕਦੇ ਉਹਨੇ ਬਿੱਲ ਪੇ ਕਰਤਾ ਕਦੇ ਮੈਂ ਕਰਤਾ ਕਦੇ ਕਿਸੇ ਨੇ ਕਰਤਾ ਖਰਚੀਲੇ ਸੀਗਾ ਖਰਚੀਲਾ ਪੂਰਾ ਬਹੁਤ ਜ਼ਿਆਦਾ ਬਹੁਤ ਆ ਕੱਪੜਿਆਂ ਕੋਪੜਿਆਂ ਤੇ ਬਹੁਤ ਪੈਸੇ ਖਰਚਦਾ ਖਰਚਣ ਲੱਗੇ ਕੋਈ ਸੋਚਦਾ ਨਹੀਂ ਸੀਗਾ ਹਾਂ ਤੇ ਬਹੁਤ ਹੁਣ ਵੀ ਆ ਮੈਂ ਖਰਚੀਲਾ ਹੁਣ ਕਿਸ ਤੇ ਖਰਚਤੇ ਹੋ ਜ਼ਿਆਦਾ ਕਿਹੜੀ ਚੀਜ਼ਾਂ ਜ਼ਿਆਦਾਤਰ ਇਹ ਆ ਜੇ ਮੈਂ ਸ਼ਾਪਿੰਗ ਕਰਦਾ ਨਹੀਂ ਕਰਦਾ ਨਹੀਂ ਜੇ ਮੈਂ ਵੜ ਜਾਣਾ ਕਿ ਉਹ ਸ਼ਾਪਿੰਗ ਕਰਨ ਨੂੰ ਫਿਰ ਕੰਟਰੋਲ ਨਹੀਂ ਹੁੰਦਾ ਫਿਰ ਫਿਰ ਹੁੰਦਾ ਉਹ ਤੇਰੀ ਇੰਨੇ ਲੱਗ ਗਿਆ ਹੋ ਗਿਆ ਪਤਾ ਕੀ ਦੇਵ ਕਰੋੜ ਦੀ ਇਮੇਜ ਹੈ ਜੀ ਯਾਰ ਵੀ ਤੁਸੀਂ ਸੋਚ ਨਹੀਂ ਸਕਦੇ ਕਿ ਇਹ ਗੱਲ ਉਹ ਕਹਿਣਗੇ ਵੀ ਮੈਂ ਵੀ ਸ਼ਾਪਿੰਗ ਕਰਦਾ ਮੈਂ ਵੀ ਕੱਪੜੇ ਖਰੀਦਦਾ ਮੈਂ ਖਰਚੀ ਬਹੁਤ ਘੱਟ ਪਰ ਮੈਨੂੰ ਜ਼ਿਆਦਾ ਸ਼ੂਜ਼ ਦਾ ਬਹੁਤ ਸ਼ੌਕ ਹੈ ਅੱਛਾ ਤਾਂ ਮੇਰੇ ਕੋਲ ਕਲੈਕਸ਼ਨ ਪਈਆ ਕਾਫੀ ਹੂੰ ਤੇ ਵਾਚੇਸ ਦਾ ਆ ਡਾਇਮੰਡੂਮ ਜਿੰਨਾ ਚੁ ਉਹਨਾਂ ਦਾ ਇੱਕੋ ਹੀ ਰੰਗ ਜੇ ਹੁੰਦੇ ਨੇ ਇਹ ਮੈਂ ਜ਼ਿਆਦਾ ਨਹੀਂ ਖਰੀਦਦਾ ਹੈਗਾ ਤੇ ਜਦੋਂ ਕਰਦਾ ਫਿਰ ਦਿਲ ਖੋਲ ਕੇ ਕਰਦਾ ਨਹੀਂ ਤਾਂ ਨਿਕਲ ਜੇ ਫਿਰ 2-2 ਸਾਲ ਵੀ ਸ਼ਾਪਿੰਗ ਨਹੀਂ ਕਰੀਦੀ ਉਹਨਾਂ ਨਾਲ ਹੀ ਕੰਮ ਚਲ ਪੈਸੇ ਦੀ ਵੈਲਿਊ ਪਤਾ ਲੱਗੀ ਹੈ ਪੈਸੇ ਦੀ ਵੈਲਿਊ ਪਤਾ ਲੱਗੀ ਕਿਉਂਕਿ ਗਵਾਇਆ ਬਹੁਤ ਜ਼ਿੰਦਗੀ 'ਚ ਹੂੰ ਆ ਕਾਫੀ ਚੀਜ਼ਾਂ ਦੇ ਵਿੱਚ ਪੈਸਾ ਸੀਗਾ ਜਿਹੜਾ ਲਾਇ ਇੱਕ ਦੋ ਬਿਜ਼ਨਸ ਵੀ ਕੀਤੇ ਨਹੀਂ ਸਿਰੇ ਚੜੇ ਫਿਰ ਫਿਲਮ ਲਾਇੰਦਾ ਸੀਗਾ ਕਿ ਫਿਲਮ ਦੇ ਵਿੱਚ ਐਕਟਰ ਬਣਨਾ ਤਾਂ ਬ੍ਰੇਕ ਨਹੀਂ ਸੀ ਮਿਲਦੀ ਛੋਟੇ ਛੋਟੇ ਰੋਲ ਆਫਰ ਹੁੰਦੇ ਸੀ ਤਾਂ ਲੱਗਦਾ ਸੀ ਕਿ ਯਾਰ ਆ ਛੋਟੇ ਛੋਟੇ ਕਿਰਦਾਰਾਂ ਲਈ ਥੀਏਟਰ ਇੰਨਾ ਕੀਤਾ ਵੀ ਨਹੀਂ ਕਰਨੇ ਵੈਲਿਊ ਨਹੀਂ ਪਰੀ ਇੰਡਸਟਰੀ ਫਿਰ ਆਪ ਫਿਲਮ ਪ੍ਰੋਡਿਊਸ ਕੀਤੀ ਕਬੱਡੀ ਕੁਮਹਬਤ ਫਸਟ ਫਿਲਮ ਕਾਫੀ ਪੈਸਾ ਲਾਇਆ ਮੈਂ ਕਰ ਦੇਂਦਾ ਚੱਕ ਕੇ ਕਰਦਿਆਂ ਨੂੰ ਕਿਹਾ ਕਿ ਨਹੀਂ ਬਹੁਤ ਪੈਸੇ ਆਉਣਗੇ ਬਹੁਤ ਕਮਾਕੇ ਦਊਂਗਾ ਇਹ ਕਿੰਨੇ ਤੁਹਾਨੂੰ ਸਲਾਹ ਦਿੱਤੀ ਵੀ ਪੈਸੇ ਲਾ ਦੋ ਮੇਰੇ ਬਹੁਤਾਰੇ ਦੁਨੀਆ ਤੇ ਨਹੀਂ ਰਹੇ ਗੁਰਿੰਦਰ ਡਿੰਪੀ ਡਾਇਰੈਕਟਰ ਅੱਛਾ ਮੇਰੀ ਫਿਲਮ ਦੇ ਅੱਛਾ ਤੇ ਕੁਝ ਚੀਜ਼ਾਂ ਨਾ ਤੁਹਾਡੇ ਚੰਗੇ ਲਈ ਹੁੰਦੀਆਂ ਨੇ ਤੁਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਮੈਨੂੰ ਲੱਗਦਾ ਜੇ ਮੈਂ ਕਬੱਡੀ ਕੁਮੋਹਬਤ ਨਾ ਬਣਾਉਂਦਾ ਤਾਂ ਸ਼ਾਇਦ ਮੈਂ ਇੱਥੇ ਤੱਕ ਨਾ ਪਹੁੰਚਦਾ ਹੂੰ ਕਿਉਂਕਿ ਉਹਦੇ ਵਿੱਚ ਮੇਰਾ ਸਾਰਾ ਪੈਸਾ ਚਲਾ ਗਿਆ ਸੀਗਾ ਘਰ 'ਚ ਬਹੁਤ ਮੰਦੀ ਦਾ ਦੌਰ ਆ ਗਿਆ ਸੀ ਤਾਂ ਫਿਰ ਲੱਗਿਆ ਕਿ ਲੋਕਾਂ ਦੇ ਮਜ਼ਾਕ ਦਾ ਪਾਤਰ ਬਣ ਗਿਆ ਸੀ ਕਿ ਵੱਡਾ ਪਿੰਡ 'ਚ ਰਹਿਣ ਵਾਲਾ ਬੰਦਾ ਮੈਂ ਅ ਤਾਂ ਲੋਕਾਂ ਦਾ ਇਹ ਹੁੰਦਾ ਸੀਗਾ ਤੁਹਾਨੂੰ ਪਿੰਡਾਂ ਦਾ ਮਾਹੌਲ ਪਤਾ ਹੀ ਹੈ ਜੀ ਕਿ ਜਦੋਂ ਤੁਸੀਂ ਨਿਕਲਦੇ ਹੋ ਤੁਹਾਡੇ ਬਾਰੇ ਹੀ ਗੱਲ ਹੁੰਦੀ ਹੈ ਤੁਸੀਂ ਟਾਰਗੇਟ ਹੁੰਨੇ ਆ ਸੱਥਾਂ 'ਚ ਬੈਠੇ ਵੀ ਆ ਜਾਂਦਾ ਵੱਡਾ ਐਕਟਰ ਚਾਕੇ ਪੈਸੇ ਲਾ ਦੇ ਘਰ ਦਿਆਂਦੇ ਉਜਾੜਤਾ ਇਹ ਕਰਤਾ ਉਹ ਕਰਤਾ ਭਰਾ ਨੂੰ ਵੀ ਤੰਗੀ 'ਚ ਲਿਆਂਦਾ ਹਾਂ ਤਾਂ ਫਿਰ ਉਹ ਜਿਹੜੇ ਮੇਲੇ ਸੀ ਆਪਣੇ ਕੰਨ ਹੀ ਸੁਣਦਾ ਸੀਗਾ ਤੇ ਬਾਬਾ ਜੀ ਤੋਂ ਮੰਗਿਆ ਅਰਦਾਸਾਂ ਕੀਤੀਆਂ ਮਿਹਨਤ ਕੀਤੀ ਆਪਣੇ ਆਪ ਤੇ ਤੇ ਫਿਰ ਉਹ ਮਿਹਨਤ ਰਾਸ ਆਈ ਨੀਤਾਂ ਨੂੰ ਮਰਾਦਾ ਹੁੰਦੀਆਂ ਨੇ ਤਾਂ ਅੱਜ ਲਗਾਤਾਰ ਚੰਗਾ ਸਿਨੇਮਾ ਕਰ ਰਹੇ ਸਭ ਸਾਰੇ ਪਿਆਰ ਕਰਦੇ ਆ ਤੇ ਅੱਜ ਜੇ ਕੋਈ ਕਹੇ ਕਿ ਫਿਲਮ ਚ ਪੈਸੇ ਲਾਉਣੇ ਆ ਪ੍ਰੋਡਿਊਸ ਕਰਨੀ ਹੈ ਦੋ ਵਾਰ ਸੋਚੋਗੇ ਤਿੰਨ ਵਾਰ ਸੋਚੋਗੇ ਨਹੀਂ ਮੈਂ ਸੋਚਦਾ ਨਹੀਂ ਮੈਂ ਹੁਣ ਕਿਉਂਕਿ ਪਹਿਲਾਂ ਪਲੈਨਿੰਗ ਨਹੀਂ ਸੀਗੀ ਪਹਿਲਾਂ ਪਤਾ ਨਹੀਂ ਸੀਗਾ ਚੀਜ਼ਾਂ ਦਾ ਅੱਜ ਸਾਰੀਆਂ ਚੀਜ਼ਾਂ ਸਮਝਦੇ ਆ ਅੱਜ ਇੰਨੀਆਂ ਫਿਲਮਾਂ ਕਰ ਲਈਆਂ ਅੱਜ ਪਤਾ ਹੈ ਕਿ ਕਿਵੇਂ ਕਿੱਦਾਂ ਦੀ ਫਿਲਮ ਬਣਾਉਣੀ ਹੈ ਜਾਂ ਮੇਰੀ ਆਡੀਅנס ਮੇ ਤੋਂ ਕਿੱਦਾਂ ਦਾ ਕੰਮ ਮੰਗਦੀ ਹੈ ਕਿੰਨਾ ਕੁ ਬਜਟ ਚਾਹੀਦਾ ਜੀ ਅੱਜ ਉਹ ਚੀਜ਼ਾਂ ਦਾ ਪਤਾ ਪਹਿਲਾਂ ਨਹੀਂ ਸੀ ਪਤਾ ਹਮ ਅੱਜ ਮੈਨੂੰ ਪਤਾ ਜੇ ਮੈਂ ਫਿਲਮ ਬਣਾਉਂਗਾ ਤਾਂ ਮੈਂ ਕਿਹੋ ਜੀ ਫਿਲਮ ਬਣਾ ਸਕਦਾ ਅੱਜ ਮੈਂ ਲੱਗਦਾ ਮੈਂ ਫਿਊਚਰ ਚ ਫ ਫਿਲਮ ਮੇਕਿੰਗ ਮੇਰਾ ਪੈਸ਼ਨ ਹੈ ਫਿਰ ਐਕਟਿੰਗ ਮੇਰਾ ਪੈਸ਼ਨ ਹੈ ਔਰ ਸ਼ੁਰੂ ਤੋਂ ਰਿਹਾ ਮੈਨੂੰ ਲੱਗਦਾ ਜਦੋਂ ਮੈਂ ਸੁਰਤ ਸੰਭਾਲੀ ਹੂੰ 4-5 ਸਾਲ ਦਾ ਸੀਗਾ ਜਦੋਂ ਮੈਂ ਉਦੋਂ ਤੋਂ ਹੀ ਮੈਨੂੰ ਲੱਗਦਾ ਸੀ ਕਿ ਮੈਂ ਇਸ ਫੀਲਡ ਚ ਜਾਣਾ ਹੈ ਐਕਟਿੰਗ ਕਰਨੀ ਹੈ ਅੱਛਾ ਐਕਟਰ ਬਣਨਾ ਸ਼ੁਰੂ ਤੋਂ ਇਹੀ ਕੀੜਾ ਦਿਮਾਗ ਚ ਫਸਿਆ ਸੀ ਲੱਗਦਾ ਸੀ ਰੱਬ ਨੇ ਕਿ ਇਸੇ ਫੀਲਡ ਲਈ ਪੈਦਾ ਕੀਤਾ ਤਾਂ ਹੀ ਥੀਏਟਰ ਵਾਲੇ ਪਾਸੇ ਨੂੰ ਵੜ ਗਿਆ ਹੂੰ ਗੇਮ ਖੇਡਦਾ ਸੀ ਵਾਲੀਬਾਲ ਹੂੰ ਉਹਦੇ ਉਹਦੇ ਬੇਸ ਤੇ ਗੇਮ ਮੇਰੀ ਬਹੁਤ ਚੰਗੀ ਸੀ ਕਿਉਂਕਿ ਮੈਂ ਮਿਹਨਤ ਬਹੁਤ ਕਰਦਾ ਸੀਗਾ ਤਾਂ ਮੈਨੂੰ ਜੌਬ ਵੀ ਆਫਰ ਹੋਈ ਪਰ ਜੌਬ 'ਚ ਵੀ ਮਨ ਨਹੀਂ ਲੱਗਿਆ ਕੀਤੀ ਨਹੀਂ ਗਾਲਾਂ ਖਾਦੀਆਂ ਕਰ ਦਿਆਂਦੀਆਂ ਚੁੱਪਚੀ ਤੇ ਛੱਡ ਗਏ ਇਧਰਲੇ ਪਾਸੇ ਨੂੰ ਵੜ ਗਿਆ ਜਦੋਂ ਕਿ ਪਤਾ ਨਹੀਂ ਸੀ ਕਿਹੜੇ ਰਾਹ ਜਾਵਾਂਗੇ ਕੀ ਬਣੂੰਗਾ ਪਰ ਵੜ ਗਿਆ ਤੇ ਫਿਰ ਲੱਗੇ ਰਹੇ ਇਸ ਲਾਈਨ ਦੇ ਵਿੱਚ ਜਦੋਂ ਪੰਜਾਬੀ ਸਿਨੇਮਾ ਦਾ ਦੌਰ ਆਇਆ ਇੱਕ ਉਮੀਦ ਵੱਜੀ ਕਿ ਯਾਰ ਫਿਲਮਾਂ ਬਣਨ ਲੱਗੀਆਂ ਬਿਲਕੁਲ ਪਰ ਦੈਟ ਟਾਈਮ ਐਕਟਰ ਦੀ ਕੋਈ ਵੈਲਿਊ ਨਹੀਂ ਸੀ ਹੁੰਦੀ ਐਕਟਰਸ ਸਾਈਡ ਫਿਲਰ ਹੋ ਸਕਦਾ ਮੇਨ ਨਹੀਂ ਹੋ ਸਕਦਾ ਬਿਲਕੁਲ ਫੇਰ ਕਿਉਂਕਿ ਇੱਕੋ ਹੀ ਐਕਟਰ ਚੱਲਦਾ ਸੀ ਮੈਨੂੰ ਲੱਗਦਾ ਇੱਕੋ ਹੀ ਐਕਟਰ ਸੀਗਾ ਜਿੰਮੀ ਸ਼ੇਰਗਿਲ ਬਾਈ ਜਿੰਮੀ ਸ਼ੇਰਗਿਲ ਉਹ ਤਾਂ ਬਿਨਾਂ ਤਾਂ ਕੋਈ ਦਿਖਦਾ ਨਹੀਂ ਸੀ ਐਕਟਰ ਤੁਹਾਨੂੰ ਹੀਰੋ ਦੇ ਫੇਸ ਲਿਓ ਵੀ ਤਾਂ ਕਿਉਂਕਿ ਉਹ ਬਾਲੀਵੁੱਡ ਚ ਸਟੈਬਲਿਸ਼ ਹੋ ਗਿਆ ਸੀ ਵਰਨਾ ਪੰਜਾਬੀ ਸਿਨੇਮਾ ਉਹਦੇ ਵੀ ਕਦਰ ਨਹੀਂ ਸੀ ਪਾਉਂਦਾ ਹੂੰ ਜਿਹੜਾ ਪਰਸਨਲੀ ਮੈਨੂੰ ਲੱਗਦਾ ਫੇਰ ਗਾਂਧੀ ਆਈ ਹਾਂਜੀ ਗਾਂਧੀ ਤੋਂ ਬਾਅਦ ਫੇਰ ਵੀ ਸਾਲ ਡੇਢ ਸਾਲ ਕੰਮ ਨਹੀਂ ਮਿਲਿਆ ਫਿਰ ਗਾਂਧੀ 2 ਬਣਾਈ ਅਸੀਂ ਆਪ ਆਪ ਕਹਾਣੀ ਲੈ ਕੇ ਗਿਆ ਫਿਰ ਡਾਕਵਾਂ ਦਾ ਮੁੰਡਾ ਫੇਰ ਬਾਬੇ ਨੇ ਇੱਥੇ ਤੱਕ ਲੈ ਆ ਕੇ ਬਿਠਾ ਦੇ ਮੈਂ ਥੋੜੀ ਜਿਹੀ ਜਿਹੜੇ ਮੇਰੇ ਜਿਹੜੇ ਹੋਰ ਵੀ ਥੀਏਟਰ ਦੇ ਮੁੰਡੇ ਨੇ ਉਹਨਾਂ ਨੂੰ ਸਾਰਿਆਂ ਨੂੰ ਅੱਜ ਉਹਨਾਂ ਤੇ ਭਰੋਸਾ ਹੋ ਗਿਆ ਹਮ ਅੱਜ ਕੰਟੈਂਟ ਜੇ ਤੁਸੀਂ ਕਹਿਣਾ ਹੈ ਕਨਸੈਪਟ ਜੇ ਕਹਿਣਾ ਤਾਂ ਤੁਹਾਨੂੰ ਫਿਰ ਥੀਏਟਰ ਦੇ ਕਲਾਕਾਰ ਹੀ ਲੈ ਕੇ ਆਉਣੇ ਪੈਣਗੇ ਅਸੀਂ ਸਬਸਿਡੀ ਲਈ ਸਿਨੇਮਾ ਇੰਗਲੈਂਡ ਲੈ ਕੇ ਚਾਕੇ ਬਿਲਕੁਲ ਕਿੰਨੀਆਂ ਫਿਲਮਾਂ ਮੈਨੂੰ ਲਿਖਾ ਕੇ ਲੈ ਲਓ ਜਿਹੜੀਆਂ ਇੰਗਲੈਂਡ ਦੀਆਂ ਬਣੀਆਂ ਨੇ ਤੇ ਉਹ ਸੁਪਰ ਹਿੱਟ ਹੋ ਜਾਣ ਸਿਰਫ ਸਬਸਿਡੀ ਲਈ ਸਿਨੇਮਾ ਬਣਿਆ ਪਿੱਛੇ ਪੰਜਾਬੀ ਸਿਨੇਮੇ ਦੀ ਤਾਂ ਗੱਲ ਹੀ ਨਹੀਂ ਹੋਈ ਤੁਸੀਂ ਕੁੜਤੇ ਪਜਾਮੇ ਨੂੰ ਕੋਟ ਪੈਂਟ ਪਵਾ ਕੇ ਉੱਥੇ ਲੈ ਕੇ ਕਹਾਣੀ ਚੇਂਜ ਕਰ ਦਿਓ ਜੀ ਇੰਗਲੈਂਡ ਦੇ ਕੋਈ ਵੀ ਬੰਦਾ ਦਿਖਾ ਦਿਓ ਜਿਨੇ ਹਿੰਮਤ ਦਿਖਾਈ ਹੋਵੇ ਮੈਂ ਐਕਸ਼ਨ ਫਿਲਮ ਜਾ ਕੇ ਇੰਗਲੈਂਡ ਸ਼ੂਟ ਕਰ ਲਾਂ ਉਥੇ ਬਚੜ ਦੀ ਗੱਲ ਆਉਂਦੀ ਹੈ ਪੈਸਾ ਬਹੁਤ ਲੱਗਦਾ ਹੈ ਜੀ ਇਹ ਹੁੰਦਾ ਜਾਂ ਤਾਂ ਜੇ ਤੁਸੀਂ ਸਿਰਮਾ ਬਾਹਰ ਦਾ ਕਰ ਰਹੇ ਹੋ ਫਿਰ ਐਕਸ਼ਨ ਨੂੰ ਫਿਲਮਾਓ ਵੀ ਕਰਕੇ ਦਿਖਾਓ ਮੇਰੀ ਇੱਕ ਵੀ ਫਿਲਮ ਇੰਗਲੈਂਡ ਨਹੀਂ ਬਣੀ ਤੁਹਾਡੀ ਗੱਲ ਕਿ ਨਹੀਂ ਕਹਿੰਦਾ ਕਿਉਂਕਿ ਮੇਰੀਆਂ ਫਿਲਮਾਂ ਐਕਸ਼ਨ ਦੀਆਂ ਹੁੰਦੀਆਂ ਨੇ ਜ਼ਿਆਦਾਤਰ ਐਗਜ਼ੈਕਟਲੀ ਮੈਂ ਉਹ ਜ਼ਿਆਦਾ ਕੀਟੇ ਹਾਂ ਹਾਂ ਉਹ ਮਹਿੰਗੀਆਂ ਨੇ ਉਹ ਸਿਰਫ ਉੱਥੇ ਜਾ ਕੇ ਹੁੰਦਾ ਕਿ ਸਸਤੀ ਫਿਲਮ ਬਣਾਓ ਦੋ ਕਮਰਿਆਂ 'ਚ ਸ਼ੂਟ ਕਰੋ ਕਮੇਡੀ ਜਾਂ ਕਨਸੈਪਟ ਚੱਕ ਲੋ ਕਰ ਲਓ ਗੱਲ ਮੈਨੂੰ ਨਹੀਂ ਹੂੰ ਬਹੁਤ ਪੈਸੇ ਹਾਂ ਜਦੋਂ ਤੁਸੀਂ ਉਸ ਸਿਨੇਮੇ ਦੀ ਗੱਲ ਕਰਦੇ ਹੋ ਉਸ ਤਰੀਕੇ ਦਾ ਮਾਹੌਲ ਜਿਵੇਂ ਅਰਦਾਸ ਦੀ ਐਗਜ਼ੈਂਪਲ ਦੇਣਾ ਮੈਨੂੰ ਅਰਦਾਸ ਨੇ ਕੈਨੇਡਾ ਦੇ ਲੋਕਾਂ ਦੀ ਗੱਲ ਕੀਤੀ ਹੂੰ ਜਦੋਂ ਕੈਨੇਡਾ ਦੇ ਲੋਕਾਂ ਦੀ ਗੱਲ ਕੀਤੀ ਉਹ ਫਿਲਮ ਹਿੱਟ ਹੋਈ ਹੂੰ ਹਾਂ ਤਾਂ ਤੁਸੀਂ ਬਿਲਕੁਲ ਇਦਾਂ ਦੀ ਜੇ ਧੱਕੇ ਨਾਲ ਸਬਜੈਕਟ ਲੈ ਕੇ ਜਾਓਗੇ ਤੁਸੀਂ ਫਿਰ ਤੁਸੀਂ ਨਹੀਂ ਮੈਨੂੰ ਲੱਗਦਾ ਕਾਮਯਾਬ ਹੋਵੋਗੇ ਸੋ ਇਦਾਂ ਦਾ ਸਿਨੇਮਾ ਹੈ ਜਿਵੇਂ ਜਿਹੜਾ 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 ਕਨਸੈਪਟ ਕਹਿੰਦਾ ਹੋਵੇ ਕਿ ਹਾਂ ਜੇ ਮੈਂ ਕੈਨੇਡਾ ਆ ਕੇ ਫਿਲਮ ਸ਼ੂਟ ਕਰ ਰਿਹਾ ਇਹ ਕਨਸੈਪਟ ਦੀ ਗੱਲ ਹੈ ਕਨਸੈਪਟ ਇੱਥੇ ਲੈ ਕੇ ਆਇਆ ਪਰ ਜਦੋਂ ਕੋਈ ਰੋਮਾਂਟਿਕ ਫਿਲਮ ਆਉਂਦੀ ਉਸ ਚ ਦੇਵ ਕਰੋੜ ਨਹੀਂ ਹੁੰਦਾ ਪਰ ਐਕਸ਼ਨ ਹਾਰਡ ਹਿਟਿੰਗ ਫਿਲਮ ਹੋਏਗੀ ਉਹਦੇ ਚ ਦੇਵ ਕਰੋੜ ਪਹਿਲੀ ਪਸੰਦ ਹੈ ਐਕਚੁਅਲੀ ਮੈਨੂੰ ਉਹਦਾਂ ਦੀ ਸਿਨੇਮਾ ਲੋਕ ਨਹੀਂ ਆਫਰ ਕਰ ਰਹੇ ਮੈਨੂੰ ਉਹ ਲੈ ਕੇ ਆ ਰਹੇ ਨੇ ਜ਼ਿਆਦਾਤਰ ਐਕਸ਼ਨ ਦੇ ਵਿੱਚ ਜਿਵੇਂ ਹੁਣ ਬਲੈਕ ਹੀ ਐਬ ਬਲੈਕ ਹੀ ਮੇਰਾ ਆਪਣਾ ਕਨਸੈਪਟ ਹੈ ਹਾਂ ਮੈਂ ਉਹਦੇ ਤੇ ਮੇਰਾ 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 ਆਪਣਾ ਕਨਸੈਪਟ ਹੈ ਮੇਰੀ ਕਹਾਣੀ ਹੈ ਇਹ ਡਿਵੈਲਪ ਅਸੀਂ ਜਿਹੜਾ ਰਾਈਟਰ ਹੈ ਉਹ ਤੋਂ ਕਰਾਈ ਹੈ ਸਾਰੀ ਇਹ ਪਰ ਮੈਨੂੰ ਲੱਗਦਾ ਹੁੰਦਾ ਕਿ ਰੋਮਾਂਸ ਦੇ ਵਿੱਚ ਜਿਸ ਦਿਨ ਮੈਂ ਆਉਂਗਾ ਰੋਮਾਂਟਿਕ ਉਹਦੇ ਪੇਂ ਪੂਰੀ ਤਿਆਰੀ ਕਰਕੇ ਆਉਂਗਾ ਫਿਰ ਮੈਂ ਲੱਗਣਾ ਵੀ ਚਾਹੀਦਾ ਲੋਕਾਂ ਨੂੰ ਉਦਾਂ ਦਾ ਹਲੇ ਮੈਂ ਥੋੜੀਆਂ ਜੀਆਂ ਹਾਰਡ ਹੀਟਿੰਗ ਫਿਲਮਾਂ ਕਰ ਰਿਹਾ ਹਾਂ ਬ੍ਰੈਸਟਿਕ ਜਿ ਲੱਗਦੇ ਹੋ ਨਾ ਤੁਹਾਡੀ ਲੁੱਕ ਵੀ ਉਦਾਂ ਦੀ ਆਉਂਦੀ ਹੈ ਮੈਨੂੰ ਮੈਨੂੰ ਮਜ਼ਾ ਆਉਂਦਾ ਇਦਾਂ ਦੇ ਕਿਰਦਾਰ ਕਰਕੇ ਲਕਿਸ਼ਨਾ ਮੋਡ ਉਹ ਡਾਇਲੌਗ ਬੋਲ ਕੇ ਆਪਣਾ ਆਪਣਾ ਟੇਸਟ ਹੁੰਦਾ ਹਰ ਬੰਦੇ ਦਾ ਮੈਂ ਉਹ ਸਿਨੇਮਾ ਕਰ ਰਿਹਾ ਜਿਹੜਾ ਹਰ ਬੰਦੇ ਦੇ ਵਾਸਤੇ ਦਾ ਰੋਗ ਵੀ ਨਹੀਂ ਹੈਗਾ ਦੇ ਤੁਸੀਂ ਕਦੇ ਗੁਰੇਜ਼ ਨਹੀਂ ਕੀਤਾ ਕਿ ਜੇ ਤੁਸੀਂ ਮੈਂ ਵੈਸੇ ਇਹਨੂੰ ਸੈਕੰਡ ਲੀਡ ਨਹੀਂ ਕਹਾਉਂਗੀ ਮੈਂ ਕਹਾਂਗੀ ਇੱਕ ਸੈਪਰੇਟ ਆਰਟਿਸਟ ਨੇ ਦੋ ਆਰਟਿਸਟ ਫਿਲਮ ਤੁਸੀਂ ਨਹੀਂ ਗੁਰੇਜ਼ ਕਰਦੇ ਤੁਸੀਂ ਆਪਣਾ ਰੋਲ ਦੇਖਦੇ ਹੋ ਜੇ ਮੈਨੂੰ ਰੋਲ ਪਸੰਦ ਆਈ ਕੈਨ ਡੂ ਥੈਟ ਮੈਨੂੰ ਕੋਈ ਵਰਕ ਨਹੀਂ ਪੈਂਦਾ ਮੇਰਾ ਆਪੋਲੀਟ ਕੋਣਾ ਹੈ ਹਜੀ ਵੀ ਨਹੀਂ ਕੋਈ ਫਰਕ ਪੈਂਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਆਪੋਜ਼ਿਟ ਕੋਣਾ ਹੈ ਮੈਂ ਸਿਰਫ ਆਪਣਾ ਕਰੈਕਟਰ ਦੇਖਦਾ ਮੈਂ ਜਾਨਾ ਛੋਟਾ ਸਾਰੀ ਫਿਲਮ ਸੁਣਦਾ ਮੈਂ ਹਾਂ ਜੇ ਮੇਰਾ ਮੈਂ ਤੁਹਾਨੂੰ ਇੱਕ ਮੇਰੇ ਨਾ ਦਿਮਾਗ ਚ ਇੱਕ ਚੀਜ਼ ਬੈਠੀ ਹੋਈ ਹੈ ਮੈਂ ਦਾਮਨੀ ਫਿਲਮ ਨੂੰ ਨਾ ਐਗਜ਼ਾਮਪਲ ਦੇ ਤੌਰ ਮੈਂ ਕਹਿੰਦਾ सनी देओल 25 ਮਿੰਟ ਲਈ ਆਇਆ ਤੇ ਨੈਸ਼ਨਲ ਅਵਾਰਡ ਲੈ ਗਿਆ ਸਾਰੀ ਫਿਲਮ ਦੀ ਫੁਟੇਜ ਲੈ ਗਿਆ ਤੁਹਾਡੇ ਚ ਦਮ ਹੋਣਾ ਚਾਹੀਦਾ ਕਿਰਦਾਰ ਕਰਨ ਦਾ ਜੇ ਤੁਸੀਂ ਕਿਸੇ ਕਿਰਦਾਰ ਨੂੰ ਚੁਣਿਆ ਮੈਂ ਸਾਰੀ ਫਿਲਮ ਸੁਣਦਾ ਟੋਟਲਿਟੀ ਚ ਇਦਾਂ ਨਹੀਂ ਕਿ ਮੈਂ ਆਪਣਾ ਕਿਰਦਾਰ ਹੀ ਸੁਣਿਆ ਮੈਂ ਫਿਰ ਦੇਖਦਾ ਕਿ ਮੈਂ ਕਿੱਥੇ ਖੜਾ ਜਿਵੇਂ ਕਿਸ਼ਨੇ ਮੋੜ ਦਾ ਕਿਰਦਾਰ ਸੀਗਾ ਪਰ ਜੂਣਾ ਮੋੜ ਤਾਂ ਐਮੀ ਬਾਈ ਨੇ ਕੀਤਾ ਤੇ ਮੇਰਾ ਇਹ ਸੀਗਾ ਕਿ ਯਾਰ ਇਹ ਕਿਰਦਾਰ ਦਮ ਬਹੁਤ ਹੈ ਇਸ ਚ ਮੈਂ ਕਰੂੰਗਾ ਇਹਨੂੰ ਜੇ ਮੈਂ ਸੋਚਣਾ ਹੁੰਦਾ ਕਿ ਮੈਂ ਸੋਲੋ ਲੀਡ ਹੀ ਕਰਦਾ ਪਰ ਮੈਨੂੰ ਪਤਾ ਸੀ ਕਿ ਮੈਂ ਇਸ ਫਿਲਮ ਤੋਂ ਬਾਅਦ ਜੇ ਮੇਰੇ ਰੋਲ ਨਾਲ ਕਟ ਵੱਡਣਾ ਹੋਈ ਤਾਂ ਮੈਂ ਇਸ ਵੀ ਇਸ ਕਿਰਦਾਰ ਨਾਲ ਕਿੰਨਾ ਕ ਇਨਸਾਫ ਕਰ ਸਕਦਾ ਔਰ ਇਹ ਕਿਰਦਾਰ ਮੈਨੂੰ ਕੀ ਪਛਾਣ ਦਵਾਊਗਾ ਮੈਂ ਤਾਂ ਉਸ ਨੂੰ ਯੈਸ ਕਿਸਤੀ ਸੀਗੀ ਤੁਸੀਂ ਨਾ ਹਮੇਸ਼ਾ ਗੱਲ ਬਹੁਤ ਸੱਚੀ ਕਰ ਜਾਂਦੇ ਹੋ ਤੋ ਏਦਾਂ ਕਰ ਜਾਂਦੇ ਹੋ ਵੀ ਬੰਦਾ ਫੜਨ ਵਾਲਾ ਜਾਂ ਫੜੇ ਕਟਵੱਡ ਕੱਟ ਕਰਨਾ ਰੋਲ ਹੈ ਨਾ ਕਟਵੱਡ ਹੁੰਦੀ ਹੈ ਜਿਹੜਾ ਸੈਕੰਡ ਐਕਟਰ ਹੁੰਦਾ ਨਾ ਜ਼ਿਆਦਾਤਰ ਅਸੀਂ ਸੁਣਿਆ ਹੈ ਸਿਨੇਮਾ ਚ ਕੋਈ ਨਾ ਕੋਈ ਆ ਕੇ ਵਿੱਚ ਕਹਿ ਦਿੰਦਾ ਬਈ ਇਹਦਾ ਰੋਲ ਛੋਟਾ ਕਰੋ ਇਨਸਿਕਿਉਰਿਟੀ ਮੈਨੂੰ ਨਾ ਇਹ ਹੋਇਆ ਮੈਂ ਨਾ ਹੁਣ ਡਬਲ ਐਕਟਰ ਲਈਆਂ ਦੋ ਵਾਲੀਆਂ ਫਿਲਮਾਂ ਤੋਂ ਕਤਰੋਣਾ ਇਸ ਕਰਕੇ ਕਿਉਂਕਿ ਇਦਾਂ ਹੋਇਆ ਮੈਂ ਐਵੇਂ ਕਰਕੇ ਕਿਉਂਕਿ ਮੈਂ ਹੈਗਾ ਆਪਣੀ ਸਕ੍ਰਿਪਟ ਦੇ ਮੁਤਾਬਕ ਚੱਲਣ ਵਾਲਾ ਜੋ ਮੈਨੂੰ ਸੁਣਾਈ ਗਈ ਜੋ ਮੈਨੂੰ ਕਿਹਾ ਗਿਆ ਮੈਂ ਚੱਲਦਾ ਉਥੇ ਮੈਂ ਛੇੜਛਾੜ ਨਹੀਂ ਕਰਦਾ ਮੈਂ ਬਹੁਤ ਸਾਰੇ ਐਕਟਰਾਂ ਨਾਲ ਕੰਮ ਕਰ ਲਿਆ ਜਿਹੜੇ ਕਈ ਕਈ ਨਹੀਂ ਸੀ ਦੋ ਤਿੰਨ ਫਿਲਮਾਂ ਕੀਤੀਆਂ ਮੈਂ ਜਿਉਣਾ ਕੀਤੀ ਕਿਉਂਕਿ ਜਿਉਣਾ ਦਾ ਜਿਹੜੇ ਜਿਹੜਾ ਡਾਇਰੈਕਟਰ ਸੀਗਾ ਉਹ ਬੜਾ ਫਸੀ ਸੀਗਾ ਉਹ ਕਹਿੰਦਾ ਜੋ ਮੈਂ ਜਤਿੰਦਰ ਮੌਰ ਕਹਿੰਦਾ ਲਿਖਤਾ ਜੋ ਮੈਂ ਕਹਾਂ ਉਹ ਤੀ ਰਹਿਣਾ ਉਹ ਚੇਂਜ ਨਹੀਂ ਕਰਦਾ ਤਾਂ ਮੇਰਾ ਕਈ ਫਿਲਮਾਂ ਦੇ ਵਿੱਚ ਐਕਸਪੀਰੀਅੰਸ ਹੋ ਗਿਆ ਦੋ ਦੇ ਵਿੱਚ ਦੋ ਫਿਲਮਾਂ ਵਿੱਚ ਦੋ ਦੋ ਫਿਲਮਾਂ ਦੇ ਵਿੱਚ ਵੀ ਰੋਲ ਹੀ ਕਟਵਾਤਾ ਇਨੀ ਰੋਲ ਸਿਕਿਉਰਿਟੀ ਚੇਂਜ ਕਰਨਾ ਸ਼ੁਰੂ ਕਰ ਦਿੰਦੇ ਨੇ ਐਕਟਰ ਆਪ ਰਾਈਟਰ ਬਣ ਜਾਂਦਾ ਐਕਟਰ ਦੂਜੇ ਐਕਟਰ ਦਾ ਰੋਲ ਚੇਂਜ ਕਰਦਾ ਮਤਲਬ ਉਹ ਆਪ ਰਾਈਟਰ ਬਣ ਜਾਂਦਾ ਤਾਂ ਉਹਨੂੰ ਲੱਗਦਾ ਕਿ ਆ ਰਾਈਟਰ ਨੇ ਆਪਣੀਆਂ ਲਾਈਨਜ਼ ਦੇ ਉੱਤੇ ਡਾਇਲੋਗ ਰੱਖਣਾ ਹੈ ਇਹਦੇ ਉੱਤੇ ਫਲਾਣੀ ਚੀਜ਼ ਰੱਖਣੀ ਹੈ ਜੇ ਦੇਵ ਨਹੀਂ ਬੋਲਦਾ ਤਾਂ ਮੈਂ ਬੋਲਦਾ ਨਹੀਂ ਮੌਕੇ ਤੇ ਪਰ ਮੈਂ ਫਿਰ ਸਦਾ ਲਈ ਉਹ ਬੰਦੇ ਨੂੰ ਕੱਟ ਕਰ ਦੇਣਾ ਕਿ ਤੇਰੇ ਨਾਲ ਰਿਐਕਟ ਨਹੀਂ ਕਰਦੇ ਰਿਐਕਟ ਨਹੀਂ ਕਰਦਾ ਮੈਂ ਕੁਝ ਨਹੀਂ ਮੈਂ ਕਹਿਣਾ ਇਹ ਫਿਲਮ ਖਰਾਬ ਕਰ ਰਿਹਾ ਮੈਂ ਡਾਇਰੈਕਟਰ ਨੂੰ ਕਹਿ ਦਿੰਦਾ ਕਿ ਆ ਦੇਖੀ ਹੋ ਰਿਹਾ ਬਾਈ ਇਦਾਂ ਤਾਂ ਹਣਾ ਥੋੜਾ ਬਹੁਤ ਮੈਨੂੰ ਇਹ ਲੱਗਦਾ ਹੁੰਦਾ ਕਿ ਯਾਰ ਠੀਕ ਹੈ ਜੇ ਬੰਦੇ ਨੇ ਅੱਜ ਇਹ ਕੀਤਾ ਇਹਦੇ ਨਾਲ ਦੁਬਾਰਾ ਕੰਮ ਨਹੀਂ ਕਰਨਾ ਮੈਂ ਲਕੀਰ ਮਾਰ ਦੇਣਾ ਉੱਤੇ ਇਹ ਜੀ ਦੋ ਫਿਲਮਾਂ ਹੈਗੀਆਂ ਤੁਹਾਡੇ ਕੈਰੀਅਰ 'ਚ ਜਿਹੜੀਆਂ ਨੇ ਇਹ ਜੇ ਕੀਤਾ ਹੈ ਹੈਗੀਆਂ 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 ਉਹਨਾਂ ਨਾਲ ਦੁਬਾਰਾ ਕੰਮ ਨਹੀਂ ਕਰਿਆ ਮੈਂ ਦੁਬਾਰਾ ਮੁੜ ਕੇ ਕੰਮ ਨਹੀਂ ਕਰਨਾ ਉਸ ਉਹਨਾਂ ਬੰਦਿਆਂ ਨਾਲ ਕਦੇ ਵੀ ਲਾਈਫ ਦੇ ਵਿੱਚ ਤੁਹਾਨੂੰ ਲੱਗਦਾ ਦੂਸਰੇ ਲੋਕੀ ਥੋੜੀ ਤੋਂ ਇਨਸਿਕਿਉਰ ਹੋ ਜਾਂਨੇ ਕਿਉਂਕਿ ਮੈਂ ਆਨ ਸਕ੍ਰੀਨ ਮੈਂ ਕਿਰਦਾਰ ਹੀ ਹੁੰਦੀ ਹਾਂ ਹਾਂ ਆਨ ਸਕ੍ਰੀਨ ਤੁਸੀਂ ਬਹੁਤ ਤੁਸੀਂ ਇੱਕਦਮ ਮੇਰੀ ਇੱਕ ਨਾ ਸੀਨ ਸੀਗਾ ਇੱਕ ਫਿਲਮ ਦਾ ਸੀਨ ਸੀ ਉਹ ਸ਼ੂਟ ਹੋਇਆ ਤੇ ਬਹੁਤ ਤੁਸੀਂ ਆਪ ਹੀ ਲੱਭ ਲਓ ਮੈਂ ਦੋ ਕ ਹੀਰੋ ਵਾਲੀਆਂ ਕਿਹੜੀਆਂ ਫਿਲਮਾਂ ਕੀਤੀਆਂ ਨੇ ਦੋ ਤਿੰਨ ਕਿਨੇ ਮੋੜ ਆ ਉਹਦੇ ਵਿੱਚ ਸ਼ਰੀਕ ਹੈ ਰਤਬਾ ਤੁਸੀਂ ਆਪ ਹੀ ਉਹਨਾਂ ਜੋ ਸ਼ਾਂਤੀ ਵਾਡੀ ਕਰਦੇ ਜੀ ਜੀ ਤੇ ਉਹਦੇ ਵਿੱਚ ਸੀਗਾ ਕਿ ਮੇਰਾ ਸੀਨ ਸ਼ੂਟ ਹੋ ਗਿਆ ਤੇ ਉਹ ਸੀਨ ਬਹੁਤ ਘੈਂਟ ਹੋਇਆ ਲੱਗਿਆ ਹਮ ਐਕਟਰ ਨੂੰ ਇਨਸਿਕਰਟੀ ਆ ਗਈ ਦੂਜੇ ਦਿਨ ਉਹਨੇ ਰੀਸ਼ੂਟ ਕਰਾਇਆ ਬਟ ਉਹ ਐਨਾ ਸੀਨੀਅਰ ਸੀ ਮੈਂ ਬੋਲਿਆ ਨਹੀਂ ਮੈਂ ਕਰ ਲਓ ਯਾਰ ਕੋਈ ਗੱਲ ਨਹੀਂ ਪਰ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਦੇਖੋ ਤੁਸੀਂ ਜਦੋਂ ਸਕਰੀਨ ਤੇ ਆਨੇ ਮੈਂ ਪਰਸਨਲੀ ਜਦੋਂ ਮੈਂ ਰਿਵਿਊਜ਼ ਵੀ ਦੇਖਿਆ ਤੁਸੀਂ ਖਾ ਜਾਣੇ ਹੋ ਸੀਨ ਨੂੰ ਨਹੀਂ ਮੈਂ ਕੰਮ ਮੈਂ ਕਿਸੇ ਨੂੰ ਨਹੀਂ ਖਾਦਾ ਜੀ ਕੋਈ ਐਕਟਰ ਕਦੇ ਕਿਸੇ ਨੂੰ ਨਹੀਂ ਖਾ ਸਕਦਾ ਨਹੀਂ ਉਦਾਂ ਨਹੀਂ ਤੁਸੀਂ ਇੰਨੇ ਐਕਟਰ ਦੇ ਵਾਰ ਇੰਨਾ ਸਟਰੋਂਗ ਨਾ ਹੋਣਾ ਜੇ ਤੁਹਾਨੂੰ ਉਹਨੂੰ ਕਰਜਾਨੇ ਹੋ ਤਾਂ ਆਬਵੀਅਸਲੀ ਤੁਸੀਂ ਛਾਪ ਛੱਡ ਜਾਂਦੇ ਹੋ ਨਹੀਂ ਐਕਟਰ ਬਾਕੀ ਜਿੰਨੀ ਕੈਪੈਸਿਟੀ ਹੈਗੀ ਆ ਜਾਂ ਜੋ ਲੱਗਦਾ ਮੈਂ ਮੇਰੀ ਜ਼ਿਆਦਾਤਰ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਮੈਨੂੰ ਲਾਈਨਸ ਮਿਲੀਆਂ ਨੇ ਮੈਂ ਉੱਤੇ ਮਿਹਨਤ ਕਰਦਾ ਮੈਂ ਕਿੰਨੇ ਤਰੀਕੇ ਨਾਲ ਬੋਲ ਸਕਦਾ ਕੀ ਵੇਰੀਏਸ਼ਨ ਲਿਆ ਸਕਦਾ ਬਾਡੀ ਲੈਂਗੁਏਜ ਕਿਵੇਂ ਯੂਜ਼ ਕਰ ਸਕਦਾ ਉਹਦੀ ਮੈਂ ਰਿਹਸਲਸ ਪਹਿਲਾਂ ਹੀ ਵੈਰਨਟੀ ਵੈਂ ਤੋਂ ਮਾਰ ਕੇ ਫਿਰ ਵੜਦਾ ਮੈਂ ਮੇਰਾ ਐ ਨਹੀਂ ਹੁੰਦਾ ਕਿ ਮੈਂ ਸੈੱਟ ਤੇ ਡਾਇਲੌਗ ਪੜ੍ਹ ਰਿਆ ਸੈੱਟ ਤੇ ਤਿਆਰੀ ਕਰ ਰਿਆ ਨਹੀਂ ਕਰਦਾ ਮੈਂ ਵੈਰੈਂਟੀ ਚੋਂ ਤਿਆਰ ਹੋ ਕੇ ਫੇਰ ਨਿਕਲਦਾ ਕਿਤੇ ਪਰ ਤੁਹਾਨੂੰ ਡਾਇਲੌਗਸ ਮਿਲ ਰਹੇ ਮੈਨੂੰ ਇੱਕ ਕੈਰੈਕਟਰ ਆਰਟਿਸਟ ਦੱਸ ਕੇ ਗਏ ਸੀ ਕਿ ਨਾ ਸਕ੍ਰਿਪਟਸ ਹੁੰਦੀਆਂ ਪੰਜਾਬੀ ਸਿਨੇਮਾ ਚ ਡਾਇਰੈਕਟਰ ਜੋ ਉੱਥੇ ਆ ਕੇ ਦੱਸ ਰਿਹਾ ਹੁੰਦਾ ਹੈ ਕਈ ਐਕਟਰਸ ਨੂੰ ਤੇ ਲੀਡ ਨੂੰ ਤੇ ਉੱਥੇ ਬਹਿ ਕੇ ਹੀ ਫਿਲਮਾਂ ਲਿਖੀ ਜਾ ਰਹੀਆਂ ਹੁੰਦੀਆਂ ਹੁੰਦੀਆਂ ਚੰਦ ਬੰਦੇ ਹੁੰਦੇ ਜਿਹੜਾ ਉਹ ਜਿਆ ਸਿਨੇਮਾ ਕਰਦੇ ਆ ਮੈਂ ਉਹਦਾਂ ਦਾ ਸਿਨੇਮਾ ਹੀ ਨਹੀਂ ਕਰਦਾ ਤੁਸੀਂ ਸਕ੍ਰਿਪਟ ਮੰਗੋ ਜੇ ਪਹਿਲੇ ਲੈ ਕੇ ਆਦੇ ਸੀ ਸਾਲ ਸਵਾ ਸਾਲ ਪਹਿਲਾਂ ਸਕ੍ਰਿਪਟ ਚੀਜ਼ਾਂ ਸੀ ਪਹਿਲਾਂ ਡਨ ਕਰਕੇ ਚੱਲੇ ਆ ਡਾਇਲੌਗਸ एवरीथिंग ਸਰ ਡਾਇਲੌਗ ਮੌਕੇ ਤੇ ਆ ਕੇ ਉਹਨਾਂ ਨੂੰ ਇਨਹਾਂਸ ਕਰ ਸਕਦੇ ਆ ਹਾਂ ਇਨਹਾਂਸ ਕਰ ਸਕਦੇ ਪਰ ਲਿਖ ਨਹੀਂ ਸਕਦੇ ਯਾਨੀ ਇਹਨੂੰ ਹੋਰ ਬੈਟਰਮੈਂਟ ਕੀ ਹੋ ਸਕਦਾ ਨਹੀਂ अदरवाइज ਸਾਡੀ ਇੱਕ ਸਕ੍ਰਿਪਟ ਡਨ ਹੁੰਦੀ ਆ ਫਾਈਨਲ ਹੁੰਦੀ ਆ ਮੈਂ ਜਾਣਾਂ ਹੀ ਤਾਂ ਮੈਂ ਨਹੀਂ ਜਾਣਦਾ ਕਿ ਮੌਕੇ ਤੇ ਮੌਕੇ ਤੇ ਤੁਸੀਂ ਕੀ ਕਰੋਗੇ ਮੌਕੇ ਤੇ ਤੁਸੀਂ ਚੀਜ਼ਾਂ ਨੂੰ ਜੋ ਲਿਖਤਾ ਕਿਉਂਕਿ ਤੁਹਾਡੇ ਕੋਲ ਟਾਈਮ ਦੀ ਬਹੁਤ ਘੱਟ ਹੁੰਦਾ ਤੁਹਾਡੇ ਕੋਲ ਜੋ ਬੰਦੇ ਨੇ ਲਿਖਤਾ ਤੁਸੀਂ ਉਹੀ ਛਾਪਣਾ ਹੁੰਦਾ ਤੁਹਾਡੇ ਕੋਲ ਉਹਨਾਂ ਨੂੰ ਇਨਹਾਂਸ ਕਰਨ ਦਾ ਟਾਈਮ ਹੀ ਨਹੀਂ ਹੁੰਦਾ ਕੈਮਰਾ ਲੱਗਿਆ ਹੁੰਦਾ ਪ੍ਰੋਡਿਊਸਰ ਦਾ ਇੱਕ ਇੱਕ ਪੈਸੇ ਦੀ ਕੀਮਤ ਜਿਹੜੀ ਹੈਗੀ ਮਿੰਟਾਂ ਸਕਿੰਟਾਂ ਚ ਉੱਡ ਰਹੀ ਹੁੰਦੀ ਹੈ ਤਾਂ ਉਹ ਚੀਜ਼ਾਂ ਨੇ ਪਹਿਲਾਂ ਹੀ ਤੁਹਾਡੀਆਂ ਰੈਡੀ ਹੋਣਗੀਆਂ ਤੁਸੀਂ ਉੱਤੇ ਜਾ ਕੇ ਨਾਲ ਦੀ ਨਾਲ ਇਨਹਾਂਸ ਕਰ ਸਕਦੇ ਹੋ ਮੌਕੇ ਤੇ ਲਿਖਣ ਵਾਲਾ ਸਿਨੇਮਾ ਮੈਨੂੰ ਸਮਝ ਨਹੀਂ ਆਉਂਦਾ ਕਦੇ ਵੀ ਨਹੀਂ ਆਉਂਦਾ ਮੈਨੂੰ ਤੁਸੀਂ ਪ੍ਰੋਡਿਊਸਰ ਦੇ ਪੈਸੇ ਨੂੰ ਕਿੱਦਾਂ ਦੇਖਦੇ ਹੋ ਮੈਂ ਚਾਹੁੰਦਾ ਕਿ ਪ੍ਰੋਡਿਊਸਰ ਜਿਉਂਦਾ ਰਹਿਣਾ ਚਾਹੀਦਾ ਪੰਜਾਬੀ ਇੰਡਸਟਰੀ ਦਾ ਬਹੁਤ سارے ਸਾਡੇ ਆਰਟਿਸਟਾਂ ਨੇ ਪੰਜਾਬੀ ਇੰਡਸਟਰੀ ਚ ਪ੍ਰੋਡਿਊਸਰ ਬਹੁਤ ਖਤਮ ਕੀਤੇ ਆ ਜੀ ਆਈ ਐਮ ਨਾਟ ਸਿੰਗਰ ਹਮ ਮੈਂ ਜੇ ਫਲॉप ਹੋ ਗਿਆ ਮੇਰੇ ਖਾੜੇ ਨਹੀਂ ਲੱਗਣੇ ਮੈਂ ਮੈਂ ਐਕਟਰਾਂ ਮੇਰੀਆਂ ਜੇ ਫਿਲਮਾਂ ਚੱਲਣਗੀਆਂ ਤਾਂ ਮੇਰਾ ਪ੍ਰੋਡਿਊਸਰ ਬਚੂਗਾ ਉਹਦੀ ਜੇਬ ਚੋਂ ਤਾਂ ਉਹ ਮੇਰੇ ਲਈ ਫਿਲਮਾਂ ਬਣਾਊਗਾ ਮੇਰੇ ਲਈ ਸਿਨਮਾ ਕਰੂਗਾ ਸੋ ਮੇਰੀ ਸੋਚ ਇਹ ਹੈ ਬਾਕੀ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ ਤਾਂ ਤਾਂ ਹੀ ਮੈਂ ਜਾ ਕੇ ਆਪਣੇ ਕੰਟੈਂਟ ਤੇ ਆਪਣੀ ਸਕ੍ਰਿਪਟ ਤੇ ਆਊਟ ਆਫ ਦਾ ਵੇਜ ਆ ਕੇ ਹਾਰਡ ਵਰਕ ਕਰਦਾ ਮੈਨੂੰ ਇਹ ਲੱਗਦਾ ਹੁੰਦਾ ਕਿਈ ਵਾਰ ਮੈਂ ਰਾਈਟਰ ਨਾਲ ਵੀ ਫਸ ਜਾਣਾ ਕਿ ਆਹ ਚੀਜ਼ ਯਾਰ ਮੈਂ ਫਲਾਣੀਆਂ 10 ਫਿਲਮਾਂ ਚ ਦੇਖ ਲਈ ਤੋ ਫੇਰ ਇਹਨੂੰ ਲਿਖੀ ਜਾਣਾ ਹੂੰ ਕਈ ਸਰ ਕਈ ਸਾਡੇ ਰਾਈਟਰ ਇਦਾਂ ਦੇ ਨੇ ਕਿ ਸਾਊਥ ਦੀ ਫਿਲਮ ਤੋਂ ਇਨਸਪਾਇਰ ਹੋ ਗਿਆ ਕਿ ਡਾਇਰੈਕਟਰ ਵੀ ਇਦਾਂ ਦੇ ਨੇ ਜੇ ਉਹਨਾਂ ਉਹੀ ਬਣਾਈ ਤੁਰੇ ਜਾਂਦੇ ਨੇ ਮੈਨੂੰ ਲੱਗਦਾ ਕਿ ਕੀ ਹੋਇਆ ਇਹਦੇ ਕਈ ਐਕਟਰਸ ਡਾਇਰੈਕਟਰਸ ਨੂੰ ਤਾਂ ਆਪਣਾ ਆਰਟ ਵੀ ਨਹੀਂ ਪਤਾ ਕਿ ਡਾਇਰੈਕਟ ਕਿੱਦਾਂ ਕਰਦੇ ਉਹ ਮੈਨੂੰ ਅਦਾਸਰੀ ਸਿੱਧਾ ਕੈਮਰਾ ਨਹੀਂ ਲਾਉਣਾ ਆਉਂਦਾ ਸਾਡੀ ਸਾਡੇ ਥੋੜਾ ਜਿਹਾ ਕਿਤੇ ਕਿਤੇ ਪ੍ਰੋਫੈਸ਼ਨਲ ਲੋਕ ਸਾਰੇ ਨਹੀਂ ਹੈਗੇ ਸਪੈਸ਼ਲਿਜ਼ਮ ਦੀ ਤਾਂ ਬਹੁਤ ਘੱਟ ਹੈ ਮੈਂ ਸਿਰਫ 10 ਕ ਡਾਇਰੈਕਟਰ ਗਿਣ ਸਕਦਾ ਜਿਹੜੇ ਪ੍ਰੋਫੈਸ਼ਨਲ ਡਾਇਰੈਕਟਰ ਨੇ ਪੰਜਾਬੀ ਸਿਨੇਮੇ 'ਚ ਜਿਹੜੇ ਚੰਗੇ ਤਰੀਕੇ ਨਾਲ ਕੰਮ ਕਰਦੇ ਹੋਣਗੇ ਵਧੀਆ ਤਰੀਕੇ ਨਾਲ ਚੀਜ਼ਾਂ ਨੂੰ ਸਮਝ ਕੇ ਤੁਸੀਂ ਪਹਿਲੇ 2 ਦਿਨਾਂ ਨਾਲ ਲੈ ਸਕਦੇ ਹੋ 2 ਜਾਂ 3 ਦੇ ਮੈਨੂੰ ਮੈਂ ਜਿਨ੍ਹਾਂ ਨਾਲ ਕਰ ਰਿਹਾ ਨਵਨੀਤ ਗੁਗਨੂ ਆਪਣਾ ਮੰਦੀਪ ਬੈਣੀਪਾਲ ਬਾਈ ਹੋਰ ਵੀ ਚੰਗਾ ਕੰਮ ਕਰ ਰਹੇ ਨੇ ਮੈਂ ਨਹੀਂ ਕਹਿੰਦਾ ਕਾਫੀ ਡਾਇਰੈਕਟਰ ਨੇ ਬਟ ਮੇਰੇ ਜਿਹੜੇ ਪ੍ਰੋਫੈਸ਼ਨਲ ਹੀ ਬੰਦਿਆਂ ਨੂੰ ਮੈਂ ਜਿਨ੍ਹਾਂ ਨੂੰ ਜਾਣਦਾ ਕਿ ਹਾਂ ਉਹ ਬੰਦੇ ਸਕ੍ਰਿਪਟ ਦੇ ਉੱਤੇ ਕੰਮ ਕਰਕੇ ਕਹਾਣੀ ਦੇ ਉੱਤੇ ਪਹਿਲਾਂ ਕੰਮ ਕਰਕੇ ਫਿਰ ਦੁਰਦੇ ਨੇ ਫਿਰ ਕੰਮ ਕਰਦੇ ਨੇ ਸੋ ਇਦਾਂ ਦੀ ਟੀਮ ਹੈ ਮੈਂ ਜ਼ਿਆਦਾ ਡਾਇਰੈਕਟਰ ਨਾਲ ਕੰਮ ਵੀ ਨਹੀਂ ਕੀਤਾ ਮੈਨੂੰ ਲੱਗਦਾ ਮੇਰੇ ਜਤਿੰਦਰ ਮੌਰ ਜਤਿੰਦਰ ਮੌਰ ਜਤਿੰਦਰ ਮੌਰ ਦਾ ਨਾਮ ਮੈਂ ਸਭ ਤੋਂ ਪਰਖਣਾ ਚਾਹੁੰਗਾ ਕਿਉਂਕਿ ਉਹ ਬੰਦਾ ਮ ਮੋੜ ਕੀਤੀ ਆ ਉਹਦੇ ਨਾਲ ਉਹ ਕਹਾਣੀ ਡਾਇਲੌਗਸ ਹਰ ਇੱਕ ਚੀਜ਼ ਤੇ ਪਹਿਲਾਂ ਕੰਮ ਕਰਕੇ ਚੱਲਦਾ ਔਰ ਉਹਦਾ ਵਿਜ਼ਨ ਹੈ ਜੋਦੇ ਦਿਮਾਗ ਚ ਹੈ ਜੋ ਉਹਨੂੰ ਜੱਜ ਗਿਆ ਉਹ ਚੇਂਜ ਨਹੀਂ ਹੋਣ ਦਿੰਦਾ ਚਾਹ ਜਿਹੜਾ ਮਰਜੀ ਖੱਬੀਖਾਨ ਐਕਟਰ ਸਾਹਮਣੇ ਖੜਾ ਹੋਵੇ ਜਿੰਨਾ ਮੈਂ ਉਸ ਬੰਦੇ ਨੂੰ ਜਾਣਦਾ ਤਾਂ ਹੀ ਉਹਨਾਂ ਨਾਲ ਜ਼ਿਆਦਾ ਐਕਟਰਸ ਕੰਮ ਵੀ ਨਹੀਂ ਕਰਦੇ ਉਹ ਇਹੋ ਜਿਹੇ ਬੰਦੇ ਨੂੰ ਮਿਲਣਾ ਤਾਂ ਇੰਡਸਟਰੀ ਵੈਲਿਊ ਘਟ ਪਾਉਂਦੀ ਆ ਪਤਾ ਨਹੀਂ ਕਿਉਂ ਜਦੋਂ ਕਿ ਇਹੋ ਜਿਹੇ ਬੰਦੇ ਹੀ ਚਾਹੀਦੇ ਆ ਜੇ ਸਾਨੂੰ ਮੈਨੂੰ ਅੱਗੇ ਲੈ ਕੇ ਜਾਣਾ ਹੂੰ ਤਾਂ ਉਹ ਵੀ ਫੱਸੀ ਬੰਦਾ ਥੋੜਾ ਜਿਹਾ ਸੁਣਦਾ ਥੋੜਾ ਜਿਹਾ ਘਟ ਆਈ ਥੋੜੇ ਘਟ ਸੁਣ ਨਹੀਂ ਗ੍ਰੀਜ਼ਨ ਚੰਗਾ ਕੰਮ ਕਰ ਰਹੇ ਆ ਇੰਡਸਟਰੀ ਦੇ ਵਿੱਚ ਤੇ ਹੋਰ ਪ੍ਰੋਡਿਊਸਰ ਦਾ ਪੈਸਾ ਕਿੱਦਾਂ ਬਚਾਉਨੇ ਹੋ ਐਕਟ੍ਰੈਸ ਦੀ ਤੁਹਾਡੀ ਕੋਈ ਉਹ ਨਹੀਂ ਹੁੰਦੀ ਕਿ ਮੈਨੂੰ ਇਹੀ ਆਰਟਿਸਟ ਚਾਹੀਦੀ ਹੈ ਮੇਰਾ ਕੋਈ ਵੈਨਿਟੀ ਵੈਨਿਟੀ ਜਿਹੜੀ ਇੱਥੇ ਟਰੈਵਲ ਕਰੂੰਗਾ ਫਰਸਟ ਕਲਾਸ ਨੋ ਨੋ ਦੇਖੋ ਬਿਜ਼ਨਸ ਕਲਾਸ ਜਿਹੜਾ ਅਸੀਂ ਟਰੈਵਲ ਕਰਦੇ ਹਾਂ ਪ੍ਰੋਡਿਊਸਰ ਨੂੰ ਪਤਾ ਹੁੰਦਾ ਹੈ ਦੇਣਾ ਕਰਨਾ ਵੀ ਐਕਟਰ ਦੀ ਇੰਨਾ ਕਿ ਤਾਂ ਹੈਗਾ ਹੀ ਆ ਪਰ ਮਾਨਸਾ ਨੇ ਹੁਣ ਇੱਕ ਟਾਈਮ ਸੇਵ ਕਰਨਾ ਹੈ ਹਾਂਜੀ ਤੇ ਫਿਰ ਜਿਹੜਾ ਦੂਜਾ ਗੱਲ ਹੈ ਕਿ ਤੁਸੀਂ ਫਰੈਸ਼ ਵੀ ਦਿਖਣੇ ਚਾਹੀਦੇ ਹੋ ਆ ਕੇ ਇੰਟਰਵਿਊ ਜਿੱਥੇ ਮੈਂ ਸ਼ੂਟਿੰਗ ਕਰਨੀ ਹੈ ਤਾਂ ਮੈਂ ਆਰਾ ਸੈਟ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਪੈਸਾ ਬਚਾਉਣ ਦੀਆਂ ਕੋਈ ਜ਼ਿਆਦਾ ਡਿਮਾਂਡਿੰਗ ਐਕਟਰ ਨਹੀਂ ਹੈਗਾ ਮੈਂ ਕਿ ਮੈਨੂੰ ਆ ਚਾਹੀਦਾ ਜਾਂ ਉਹ ਫਲਾਣੀ ਵੈਨਟੀ ਲੈ ਕੇ ਆਓ ਫਲਾਣਾ ਲੈ ਕੇ ਆਓ ਆਪਣਾ ਇੱਕ ਆਰਾਮ ਚਾਹੀਦਾ ਹੁੰਦਾ ਤੁਹਾਨੂੰ ਨਾ ਕੋਈ ਸਪੈਸ਼ਲ ਹੋਟਲ ਦੀ ਡਿਮਾਂਡ ਹੁੰਦੀ ਹੈ ਠੀਕ ਹੈ ਮੈਂ ਇੰਦਾ ਜੁਰ ਗੱਲ ਜਿੱਦਾਂ ਦਾ ਲਿਵਿੰਗ ਮੇਰਾ ਘਰ ਦੇ ਵਿੱਚ ਹੈਗਾ ਉਦੇ ਬਰਾਬਰ ਹੋਣਾ ਚਾਹੀਦਾ ਉਹ ਤੋਂ ਮਾੜਾ ਨਹੀਂ ਹੋਣਾ ਚਾਹੀਦਾ ਜਿੱਦਾਂ ਉਹਦਾ ਮੈਨਾਂ ਯਾਰ ਦੋਸਤ ਲੈ ਕੇ ਚੱਲਦੇ ਹੋ 10 15 ਯਾਰ ਦੋਸਤ ਹੁੰਦੇ ਨੇ ਮੈਂ ਕਦੇ 15 ਬੰਦੇ ਮੈਂ ਸ਼ੂਟ ਤੇ ਦੇਖਿਆ ਐਕਟਰ ਦੇ ਆਲੇ ਦੁਆਲੇ 10 ਕ ਜਿਹੜੇ ਤਾਂ ਹੁੰਦੇ ਨੇ ਨਾ 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 ਮੈਂ ਕਦੇ ਨਹੀਂ ਲੈ ਕੇ ਚੱਲਦਾ ਮੇਰੇ ਨਾਲ ਵੱਧ ਤੋਂ ਵੱਧ ਉਹ ਵੀ ਪ੍ਰੋਡਿਊਸਰ ਦੇ ਹੁੰਦੇ ਆ 3 4 ਬਾਉਂਸਰ ਉਹ ਵੀ ਤਾਂ ਹੁੰਦੇ ਆ ਕਿ ਤੁਸੀਂ ਆਰਾਮ ਨਾਲ ਟਾਈਮ ਨਾਲ ਪਹੁੰਚ ਜਾਓ ਇਕੱਲਾ ਆਉਣਾ ਸ਼ੂਟਿੰਗ ਤੇ ਇਕੱਲਾ ਜਾਣਾ ਕੋਈ ਇੱਥੇ ਵੀ ਪ੍ਰੋਡਿਊਸਰ ਦਾ ਬਹੁਤ ਪੈਸਾ ਸੇਵ ਹੁੰਦਾ ਨਹੀਂ ਤਾਂ ਅਗਲਾ ਕਹਿੰਦਾ ਚਾਰ ਕਮਰੇ ਹੋਰ ਖਿਲਾ ਦਿਓ ਜੀ ਮੇਰੇ ਨਾਲ ਚਾਰ ਬੰਦੇ ਪ ਸੋ ਇੰਨਾ ਕੁ ਵੀ ਬਚਾ ਲਈਏ ਬਹੁਤ ਆਰ ਦੂਜੀ ਗੱਲ ਆ ਕੰਟੈਂਟ ਤੇ ਮਿਹਨਤ ਕਰਦੇ ਆ ਉਹਦੇ ਉੱਤੇ ਜੇ ਉਹਦੀ ਫਿਲਮ ਚੱਲਦੀ ਆ ਉਹਦੇ ਕੋਲ ਪੈਸਾ ਆਉਂਦਾ ਪ੍ਰੋਡਿਊਸਰ ਸੇਫ ਹੋਣਾ ਚਾਹੀਦਾ ਮੈਨ ਤਾਂ ਪੰਜਾਬੀ ਇੰਡਸਟਰੀ ਦੇ ਵਿੱਚ ਕਿਉਂਕਿ ਤੁਸੀਂ ਇੱਕ ਵਾਰ ਦੇਖਿਆ ਆਪਣਾ ਪੈਸਾ ਲਾ ਕੇ ਬਹੁਤ ਵੱਡੇ ਵੱਡੇ ਪ੍ਰੋਡਿਊਸਰ ਪੰਜਾਬੀ ਇੰਡਸਟਰੀ ਦੇ ਵਿੱਚ ਆਏ ਚੰਗਾ ਪੈਸਾ ਲੈ ਕੇ ਪਰ ਸਾਡੀਆਂ ਨਾਲ ਲਾਇਕੀਆਂ ਕਰਕੇ ਉਹ ਬੰਦੇ ਅਸੀਂ ਸਦਾ ਲਈ ਮੂੰਹ ਹੀ ਮੁੜ ਗਿਆ ਉਹਨਾਂ ਦਾ ਉਹ ਬੰਦਾ ਅੱਗੇ ਜਾ ਕੇ 10 ਬੰਦਿਆਂ ਨੂੰ ਹੋਰ ਕਹਿੰਦਾ ਘਾਟੇ ਦਾ ਸੌਦਾ ਕਿਉਂ ਕਰਨਾ ਨਹੀਂ ਸਾਡੀ ਇੰਡਸਟਰੀ ਦੇ ਵਿੱਚ ਜਿੰਨਾ ਪੈਸਾ ਲੋਕ ਲੈ ਕੇ ਆਏ ਸੀ ਜੇ ਅਸੀਂ ਸਾਂਭੇ ਹੁੰ ਪ੍ਰੋਡਿਊਸਰ ਹੀ ਮੋੜਦੇ ਹਨ ਸਾਰੇ ਬਥੇਰੇ ਨੇ ਜਿਹੜੇ ਵਨ ਟਾਈਮ ਪ੍ਰੋਡਿਊਸਰ ਕਹਿੰਨੇ ਆ ਜਿਨ੍ਹਾਂ ਨੂੰ ਹਾਂ ਵਨ ਟਾਈਮ ਪ੍ਰੋਡਿਊਸਰ ਆਏ ਕਈ ਪ੍ਰੋਡਿਊਸਰ ਆਪਣੀਆਂ ਨਲਕੀਆਂ ਕਰਕੇ ਵੀ ਗਏ ਨੇ ਜੇ ਤੁਸੀਂ ਪੰਜਾਬੀ ਫਿਲਮ ਬਣਾਉਣੀ ਆ ਪਹਿਲਾਂ ਆਪ ਸਮਝ ਲੈ ਕੇ ਆਓ ਫਿਲਮ ਬਣਦੀ ਕਿੰਨੀ ਕਾ ਉਹ ਤੇ ਕਿੰਨੀ ਕੋਸਟ ਆਊਗੀ ਕਿੰਨਾ ਪੈਸਾ ਕਿੱਥੋਂ ਬਚਾ ਸਕਦਾ ਕੀਤੇ ਲਾਉਣਾ ਹੈ ਕਿੱਥੋਂ ਬਚਾਉਣਾ ਪੂਰੀ ਸਮਝ ਹੋਣੀ ਚਾਹੀਦੀ ਹੈ ਇਹਦੀ ਫਿਰ ਤਾਂ ਹੀ ਐਕਟਰ ਆ ਪ੍ਰੋਡਿਊਸਰ ਬਣ ਗਿਆ ਹੁਣ ਸਾਰੇ ਪ੍ਰੋਡਕਸ਼ਨ ਹਾਊਸਸੇ ਖੋਲੇ ਹੋਏ ਨੇ ਜਿਹੜੇ ਐਕਟਰ ਦਾ ਦੇਖ ਲਓ ਪ੍ਰੋਡਕਸ਼ਨ ਨੂੰ ਪਤਾ ਲੱਗਿਆ ਹੁਣ ਫਿਲਮ ਕਿਵੇਂ ਬਣਾਉਣੀ ਹੈ ਕਿੰਨੇ ਉਹ ਪੈਸੇ ਦਿੰਦੇ ਵੀ ਨਹੀਂ ਕਿਸੇ ਨੂੰ ਜਦੋਂ ਐਕਟਰ ਇੱਕ ਪ੍ਰੋਡਿਊਸਰ ਬਣ ਜਾਏ ਫਿਰ ਤਾਂ ਉਹਨੂੰ ਪਤਾ ਵੀ ਪੈਸੇ ਬਚਾਉਣੇ ਆ ਮੈਂ ਦੇਖੋ ਮੇਰੇ ਤਾਂ ਮੈਂ ਤਾਂ ਜੀ ਪ੍ਰੋਡਿਊਸਰਾਂ ਨਾਲ ਕੰਮ ਕਰ ਰਿਹਾ ਹਾਂ ਹਾਲੇ ਕਿਸੇ ਐਕਟਰ ਪ੍ਰੋਡਿਊਸਰ ਨਾਲ ਮੈਂ ਕੰਮ ਨਹੀਂ ਕੀਤਾ ਮੈਂ ਕਿ ਬਿੰਨੂ ਬਾਜ ਦੀ ਫਿਲਮ ਕੀਤੀ ਜ਼ਖਮੀ ਉਹ ਮੇਰੇ ਭਰਾ ਨੇ ਉਹ ਸਾਡਾ ਇੱਕ ਘਰ ਦਾ ਹੀ ਪ੍ਰੋਡਕਸ਼ਨ ਹਾਊਸ ਹੈ ਜੀ ਤੇ ਬਾਕੀ ਦਾ ਮੇਰੇ ਪ੍ਰੋਡਿਊਸਰ ਆਹੀ ਨੇ ਹੋਰੀ ਸਾਹਿਬ ਨੇ ਡ੍ਰੀਮ ਰਿਐਲਿਟੀ ਹੈ ਇਹਨਾਂ ਨਾਲ ਫਿਲਮਾਂ ਕੀਤੀਆਂ ਨੇ ਵਾਈਟ ਹਿੱਲ ਨਾਲ ਫਿਲਮ ਕੀਤੀ ਹੈ ਤਾਂ ਉਹ ਜਿਹੜੀਆਂ ਟਰਮਨ ਕੰਡੀਸ਼ਨਸ ਮੇਰੇ ਨਾਲ ਹੋਈਆਂ ਨੇ ਉਹ ਖਰੀਆਂ ਹੁੰਦੀਆਂ ਨੇ ਟਰਮਨ ਕੰਡੀਸ਼ਨਸ ਹੁੰਦੀਆਂ ਨੇ ਇਹ ਉਹ ਸਾਈਨ ਕਰਦਾ ਹੈ ਐਗਰੀਮੈਂਟ ਹੁੰਦੇ ਐਗਰੀਮੈਂਟ ਜਿਹੜੇ ਮੇਨ ਵੱਡੇ ਐਕਟਰ ਨੇ ਉਹਨਾਂ ਦੇ ਐਗਰੀਮੈਂਟ ਹੁੰਦੇ ਆ ਜਿਹੜੇ ਛੋਟੇ ਛੋਟੇ ਕਿਰਦਾਰ ਉਹਨਾਂ ਦੇ ਸ਼ਾਇਦ ਨਹੀਂ ਹੁੰਦੇ ਉਹਦੇ ਵਿੱਚ ਕੀ ਹੈ ਸਿਕਿਉਰਿਟੀ ਲਈ ਨਹੀਂ ਕੋਈ ਤੁਹਾਡਾ ਸਿਕਿਉਰਿਟੀ ਨਹੀਂ ਰੱਖੀ ਮੈਨੂੰ ਤਾਂ ਹਾਲੇ ਤੱਕ ਕੋਈ ਇਦਾਂ ਲੱਗਿਆ ਨਹੀਂ ਜਾਂ ਕੋਈ ਥ੍ਰੈਟ ਜਾਂ ਕਿਸੇ ਦਾ ਹੋਇਆ ਪਿਆਰ ਕਰਦੇ ਆ ਜੀ ਸਾਰੇ ਜੇ ਕੋਈ ਮਿਲਦਾ ਤਾਂ ਹੱਥ ਜੋੜ ਲਈਦੇ ਨੇ ਜੇ ਕੋਈ ਕਹਿੰਦਾ ਭਾਈ ਫੋਟੋ ਵਿਚਾਰਾ ਫੋਟੋ ਵਿਚਾਰਾ ਲਈ ਦੇ ਜਿੰਨਾਂ ਦੇ ਗੈਂਗਸਟਰ ਦੀਆਂ ਫਿਲਮਾਂ ਜਾਂ ਕਹਿ ਲਓ ਇਹ ਜੀਆਂ ਫਿਲਮਾਂ ਕੀਤੀਆਂ ਉਹ ਨਹੀਂ ਉਹ ਓਨੈਸਟਲੀ ਆਰਟਿਸਟ ਦਾਸਰਾ ਵੀ ਮੈਨੂੰ ਕੋਈ ਥ੍ਰੈਟ ਪਰ ਬਹੁਤ ਲੋਕ ਐ ਜਿਨ੍ਹਾਂ ਨੂੰ ਥ੍ਰੈਟ ਆਇਆ ਹੈ ਤੇ ਫਿਰ ਉਹਨਾਂ ਨੇ ਜਾ ਕੇ ਸਿਕਿਉਰਿਟੀ ਵੀ ਪੰਜਾਬ ਸਰਕਾਰ ਤੋਂ ਲਈ ਹੈ ਹੁਣ ਉਹ ਸਿਕਿਉਰਿਟੀ ਨਾਲ ਲਈ ਹੋਈ ਹੈ ਜੀ ਲਈ ਹੈ ਉਹ ਥੋੜੇ ਜਿਹੋ ਜਿਹਨਾਂ ਦਾ ਮੁਸੇ ਬਈ ਵਾਲਾ ਇਨਸੀਡੈਂਟ ਜਾਂ ਹੋ ਗਿਆ ਉਹ ਬਹੁਤ ਮਾੜਾ ਹੋਇਆ ਮੰਦਪਾਗਾ ਉਸ ਤੋਂ ਬਾਅਦ ਸਾਰੇ ਥੋੜੇ ਜਿ ਇਨਸਕਿਉਰ ਹੋ ਗਏ ਸੀ ਤੁਹਾਨੂੰ ਲੱਗਦਾ ਆਪ ਹੀ ਡਰ ਗਏ ਨੇ ਆਰਟਿਸਟ ਆਪ ਡਰ ਗਏ ਨੇ ਹਾਂ ਇਹ ਉਹਨਾਂ ਨੂੰ ਲੱਗਦਾ ਕਿ ਐਸੀ ਹੁਣ ਟਾਰਗੇਟ ਹੈ ਜੀ ਕਈ ਵਾਰ ਕਈ ਵਾਰ ਹੋ ਵੀ ਸਕਦਾ ਹੈ ਥ੍ਰੈਟ ਆਏ ਵੀ ਨੇ ਇਹ ਨਹੀਂ ਕਹਿ ਸਕਦੇ ਕਿ ਨਹੀਂ ਆਏ ਹਨਾ ਧੂਆਂ ਤਾਂ ਹੀ ਉੱਠਦਾ ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਉਹ ਥ੍ਰੈਟ ਆਏ ਉਹ ਸਾਰੇ ਲੋਕਾਂ ਨੂੰ ਆਏ ਵੀ ਨੇ ਬਟ ਪਤਾ ਨਹੀਂ ਹੁਣ ਇਹ ਕੀ ਚੀਜ਼ ਐ ਇਹ ਜਿਹੜਾ ਚੱਕਰ ਵੀਊ ਹੈਗਾ ਵਿੱਚ ਵਿਚਾਲੇ ਹਾਲੇ ਤੱਕ ਕੋਈ ਨਹੀਂ ਸਮਝ ਸਕਦਾ ਜਾਂ ਤਾਂ ਪੁਲਿਸ ਦੱਸ ਸਕਦੀ ਐ ਜਾਂ ਜਿਹਦੇ ਨਾਲ ਵਾਪਰਿਆ ਉਹ ਦੱਸ ਸਕਦਾ ਜੀ ਇੰਡਸਟਰੀ ਦਾ ਮਾਹੌਲ ਬਦਲਿਆ ਸੀ ਸਿੱਧੂ ਤੋਂ ਬਾਅਦ ਸਿੱਧੂ ਮੂਸੇਵਾਲਾ ਗੰਗীন ਅੱਜ ਤੱਕ ਐ ਜੀ ਹੂੰ ਫਿਲਮਾਂ ਸਿਨੇਮਾ ਬਹੁਤ ਇਹਦੀ ਬਹੁਤ ਮਾੜੀ ਮਾਰ ਪਈ ਸੀ ਇਹਨਾਂ ਮੈਨੂੰ ਸਿਨੇਮਾ ਨੂੰ ਹਾਂ ਲੋਕ ਨਹੀਂ ਗਏ ਫਿਲਮਾਂ ਦੇਖਣ ਬਹੁਤ ਟਾਈਮ ਨਹੀਂ ਗਏ ਮੈਂ ਤੁਹਾਨੂੰ ਦੱਸਦਾ ਮੇਰੀ ਡਾਕੋਂ ਦਾ ਮੁੰਡਾ ਲਈ ਜੋ ਇਸ ਟਾਈਮ ਐ ਇਹਨੂੰ ਹੂੰ ਫਿਲਮ ਦੀ ਬਹੁਤ ਵੱਡੀ ਓਪਨਿੰਗ ਸੀਗੀ ਕਰੋੜ ਪਲੱਸ ਓਪਨਿੰਗ ਸੀਗੀ ਦੂਜਾ ਦਿਨ ਵੀ ਬਹੁਤ ਵਧੀਆ ਤੀਜੇ ਦਿਨ ਸਾਡਾ ਸੀਗਾ ਜਿੱਦੇ ਸਿੱਧੂ ਬਾਈ ਦੀ ਡੈਥ ਹੁੰਦੀ ਆ ਹਾਂ ਉਸ ਦਿਨ ਸਾਰੇ ਸੋਲਡ ਆਊਟ ਸੀਗੇ ਇਹ ਲਾ 1.5 ਕਰੋੜ ਤੋਂ ਉੱਤੇ ਫਿਲਮ ਜਾ ਰਹੀ ਸੀਗੀ ਤੇ ਸ਼ਾਮ ਨੂੰ ਜਦੋਂ 4 ਵਜੇ ਜਾਂ ਇਹ ਆਉਂਦੀ ਖਬਰ ਇੱਕ ਬੰਦਾ ਸਿਨੇਮੇ ਚ ਨਹੀਂ ਵੜਿਆ ਕੋਈ ਨਹੀਂ ਗਿਆ ਸਾਡਾ ਅਬਦਾ ਦਿਲ ਨਹੀਂ ਕੀਤਾ ਕਿਸੇ ਦਾ ਦਿਲ ਨਹੀਂ ਕੀਤਾ ਇਹ ਤੋਂ ਮੰਦ ਭਾਗਾ ਦਾ ਕੁਝ ਹੋ ਨਹੀਂ ਸਕਦਾ ਸੀਗਾ ਹੂੰ ਉਹਦਾ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਆ ਕਿ ਇਫੈਕਟ ਕੀਤਾ ਕਾਫੀ ਦੇਰ ਤੱਕ ਰਿਹਾ ਕਾਫੀ ਦੇਰ ਤੱਕ ਅੱਜ ਤੱਕ ਹੈ ਹੈਗਾ ਹੀ ਆ ਜੀ ਇੱਕ ਐਡਾ ਵੱਡਾ ਸਟਾਰ ਸੀਗਾ ਬੰਦਾ ਔਰ ਗਾਣੇ ਇੰਡਸਟਰੀ ਨੂੰ ਤਾਂ ਦੇਣ ਸੀਗੀ ਬੰਦੇ ਦੀ ਕਾਫੀ ਤੁਸੀਂ ਇਹ ਮੰਨਿਆ ਇਸ ਗੱਲ ਨੂੰ ਕਿ ਫਿਲਮਾਂ ਵੀ ਇਫੈਕਟ ਹੁੰੀਆਂ ਨੇ ਤੇ ਹੋਇਆ 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 ਸਿਨੇਮਾ ਹੋਇਆ ਜਿਹੜਾ ਕਹਿੰਦਾ ਨਹੀਂ ਹੋਇਆ ਉਹ ਝੂਠ ਬੋਲਦਾ ਹੋਇਆ ਪਰਦੀਪ ਤੁਸੀਂ ਕਦੀ ਜਾ ਕੇ ਫੋਟੋਆਂ ਨਹੀਂ ਪਾਈਆਂ ਤੁਸੀਂ ਕਦੀ ਇਦਾਂ ਮਤਲਬ ਮੈਂ ਇਹ ਨਹੀਂ ਦੇਖਿਆ ਉਹ ਤੁਹਾਡੇ ਪ੍ਰੋਫਾਈਲ ਤੇ ਜਾ ਜਾ ਕੇ ਕਿ ਤੁਸੀਂ ਗੱਲ ਜਿਸ ਤਰੀਕੇ ਦੇ ਨਾਲ ਕਰ ਰਹੇ ਹੋ ਤੁਸੀਂ ਮਹਿਸੂਸ ਕੀਤਾ ਉਸ ਨੂੰ ਪਰ ਉਹ ਦਿਖਾਇਆ ਨਹੀਂ ਹੈਗਾ ਨਹੀਂ ਮੈਂ ਕਦੇ ਵੀ ਨਹੀਂ ਜਾਉਂਦਾ ਸੋਸ਼ਲ ਮੀਡੀਆ ਦੇ ਘਰੇ ਜਾਓ ਅਫਸੋਸ ਕਰਨ ਜਾਓ ਤੇ ਫੋਟੋ ਪਾ ਦਿਓ ਇਹ ਮੈਨੂੰ ਸਮਝ ਨਹੀਂ ਆਉਂਦਾ ਲੋਕ ਕਿਉਂ ਕਰਦੇ ਆਈ ਡੋਟ ਨੋ ਹਨਾ ਕਿਸੇ ਨੂੰ ਕਰੋ ਉਹ ਨਾ ਕਰੋ ਪਰ ਹਾਂ ਜਿਸ ਦਿਨ ਹੋਇਆ ਉਸ ਦਿਨ ਜ਼ਰੂਰ ਬਾਈ ਦੀ ਫੋਟੋ ਪਾਈ ਸੀ ਕਿ ਮੰਦਪਾਗਾ ਹੋਇਆ ਹੈ ਬਹੁਤ ਜ਼ਿਆਦਾ ਉਹ ਬਾਕੀ ਮੰਦਪਾਗਾ ਹੈ ਮੈਂ ਇੱਕ ਦੋ ਵਾਰ ਮਿਲਣ ਦਾ ਮੌਕਾ ਮਿਲਿਆ ਬੜਾ ਚੰਗਾ ਇਨਸਾਨ ਜਿਵੇਂ ਵੀ ਮਤਲਬ ਕਦੇ ਲੱਗਦਾ ਹੀ ਨਹੀਂ ਸੀ ਕਿ ਜਿੱਡਾ ਵੱਡਾ ਉਹਦਾ ਰਤਬਾ ਸੀਗਾ ਉਸ ਹਿਸਾਬ ਨਾਲ ਉਹ ਬੰਦਾ ਕੁਛ ਇਦਾਂ ਦਾ ਵੀ ਕੋਈ ਐਟੀਟਿਊਡ ਵਾਲਾ ਬੰਦਾ ਉਹਦਾ ਨਹੀਂ ਸੀਗਾ ਤੁਹਾਡੇ ਛੇ ਐਟੀਟਿਊਡ ਨਹੀਂ ਜੀ ਬਾਕੀ ਦੂਜੇ ਦਾ ਸਕਦੇ ਆ ਆਪਿਆ ਨੂੰ ਤਾਂ ਨਹੀਂ ਪਤਾ ਮੈਂ ਤਾਂ ਜੀ ਕੋਈ ਮਿਲਦਾ ਫੋਟੋ ਕਰਵਾ ਲੈਣੇ ਕੋਈ ਵੀ ਸਟਾਈਲ ਕਰਦੇ ਦਵਾਬ ਹੀ ਨਹੀਂ ਦਿੱਤਾ ਘਰੇ ਇੰਨੇ ਜਣੇ ਆਉਂਦੇ ਆ ਹਾਂ ਜੋ ਵੀ ਹੈਗਾ ਪਿੰਡਾਂ ਦਾ ਮਾਹੌਲ ਹੈ ਹਾਂ ਜੇ ਬ੍ਰਦਰ ਹੁੰਦਾ ਤਾਂ ਉਹ ਵੀ ਚਾਹ ਪੀਤੇ ਬਿਨਾ ਜਾਣ ਨਹੀਂ ਦਿੰਦੇ ਪੁੱਛਦੇ ਆ ਹਰ ਇੱਕ ਬੰਦੇ ਨੂੰ ਵੀ ਚਾਹ ਪੀ ਲੋ ਕੁਝ ਖਾਣਾ ਪੀਣਾ ਦੂਰੋਂ ਵੀ ਆਉਂਦੇ ਆ ਕਿਉਂਕਿ ਮੇਰੇ ਪਿੰਡ ਦੇ ਵਿੱਚੋਂ ਦੀ ਹੋ ਕੇ ਉਧਰ ਹਰਿਆਣੇ ਨੂੰ ਨਿਕਲਦਾ ਹਰਿਆਣੇ ਦੇ ਬੜੇ ਲੋਕ ਆਉਂਦੇ ਆ ਹੂੰ ਹੂੰ ਕੋਈ ਦੂਰੋਂ ਆਉਂਦਾ ਹ ਹਰ ਬੰਦੇ ਦੀ ਰਿਸਪੈਕਟ ਕਰੀਦੀ ਆ ਕਿਉਂਕਿ ਜੇ ਕੋਈ ਬੰਦਾ ਤੁਹਾਨੂੰ ਮਿਲਣ ਆਇਆ ਤਾਂ ਉਹ ਤੁਹਾਨੂੰ ਪਿਆਰ ਕਰਦਾ ਤਉ ਬੰਦੇ ਨੂੰ ਉਹਦਾ ਸਤਕਾਰ ਉਹਦਾ ਬਣਦਾ ਮਾਣ ਅਦਰ ਜ਼ਰੂਰ ਦੇਣਾ ਚਾਹੀਦਾ ਇੰਡਸਟਰੀ ਦੇ ਕੁਝ ਲੋਕਾਂ ਨੇ ਤਲਕੀ ਹੈ ਅਜ ਤੱਕ ਮੈਨੂੰ ਤਲਕੀ ਤੁਲਕੀ ਨਹੀਂ ਮੈਂ ਕੰਮ ਕਰੀ ਜਨਾ ਬਟ ਹਾਂ ਇਹਨਾਂ ਜ਼ਰੂਰ ਹੈ ਕਿ ਦੋ ਚਿਹਰੇ ਵਾਲੀ ਇੰਡਸਟਰੀ ਬਹੁਤ ਆ ਭਰੇ ਪਏ ਲੋਕ ਭਰੇ ਨੇ ਹੂੰ ਭਰੇ ਪਿਆ ਜੇ ਤੁਸੀਂ ਵੱਧਦੇ ਹੋ ਤੁਹਾਡੇ ਨਾਲ ਦੇ ਐਕਟਰ ਜਿਹੜੇ ਤੁਹਾਡੇ ਨਾਲ ਕੰਮ ਕਰ ਚੁੱਕੇ ਹੁੰਦੇ ਨੇ ਮੈਂ ਨਾਮ ਤਾਂ ਨਹੀਂ ਲੈਂਦਾ ਕੰਮ ਕਰ ਚੁੱਕੇ ਹੁੰਦੇ ਨੇ ਜੇ ਤੁਸੀਂ ਰਾਈਜ਼ ਕਰ ਜਾਂਦੇ ਹੋ ਥੋੜਾ ਜਿਹਾ ਉਹ ਤਾਂ ਫਿਰ ਉਹ ਕਦੇ ਵੀ ਤੁਹਾਡੇ ਬਾਰੇ ਮੈਂ ਨਹੀਂ ਮੈਂ ਸਾਰੇ ਐਕਟਰਾਂ ਬਾਰੇ ਆਲਵੇਜ਼ ਕਹਾਂ ਹਾਂ ਟੈਲੈਂਟਡ ਹੈ ਚੰਗਾ ਹੈ ਮੇਰੇ ਬਾਰੇ ਜੇ ਕੋਈ ਪੁੱਛ ਲੈਂਦਾ ਵੀ ਉਹ ਕਿਵੇਂ ਆ ਇੰਟਰਵਿਊ ਚ ਵੀ ਨਹੀਂ ਕਿਸੇ ਇੱਕ ਐਕਟਰ ਦੀ ਪਿੱਛੇ ਜਗ੍ਹਾ ਲਾ ਕੋਈ ਇੰਟਰਵਿਊ ਚੱਲਦੀ ਸੀ ਉਹ ਤੋਂ ਪੁੱਛਿਆ ਗਿਆ ਕਿ ਤੈਨੂੰ ਦੇਵ ਕਰੋੜ ਚ ਕੀ ਖਾਸ ਲੱਗਦਾ ਉਹਨੇ ਦੋ ਤਿੰਨ ਸਿੰਗਰ ਐਕਟਰਾਂ ਨੂੰ ਤਾਂ ਕਿਹਾ ਬਾ ਫਲਾਣਾ ਆਇਆ ਫਲਾਣਾ ਆਇਆ ਠੰਮਕਾ ਹੈ ਕੀ ਖਾਸ ਲੱਗਦਾ ਉਹ ਚ ਵੀ ਉਹਨੇ ਐ ਕਿ ਤ ਪੁੱਛਿਆ ਮੈਨੂੰ ਤਾਂ ਕੁਝ ਖਾਸ ਨਹੀਂ ਲੱਗਦਾ ਕਹਿੰਦਾ ਮੈਂ ਕਿ ਠੀਕ ਹੈ ਇਹਦੀ ਆਪਣੀ ਸੋਚ ਆ ਤੁਸੀਂ ਜਵਾਬ ਦਿੱਤਾ ਉਹਨੂੰ ਨਹੀਂ ਮੈਂ ਨਹੀਂ ਦਿੰਦਾ ਤੁਹਾਡੀ ਕਿਸੇ ਸਰਕਲ ਚ ਜਾਂ ਕਿਸੇ ਦੋਸਤ ਮਿੱਤਰ ਨੇ ਜਾਂ ਫੈਨ ਨੇ ਨਹੀਂ ਮੈਂ ਮੈਂ ਕਿਉਂ ਦਊਂਗਾ ਜਵਾਬ ਮੈਂ ਆਪਣੇ ਕੰਮ ਨਾਲ ਜਵਾਬ ਦੇਣ 'ਚ ਯਕੀਨ ਰੱਖਦਾ ਕਿ ਕੰਮ ਇਹ ਹੈ ਕਿ ਠੀਕ ਆ ਵੀ ਲੋਕਾਂ ਦੀ ਜਿਹੜੇ ਮੇਰੇ ਚਾਹਣ ਵਾਲੇ ਨੇ ਉਹਨਾਂ ਨੂੰ ਮੇਰੇ 'ਚ ਖਾਸ ਲੱਗਦਾ ਇੱਕ ਨੂੰ ਨਹੀਂ ਲੱਗਦਾ ਮੇਰੇ ਨਾਲ ਉਦਾਂ ਤੁਹਾਡੇ ਨਾਲ ਕਹਿਣਗੇ ਜੀ ਹਾਂ ਇਹ ਉਹ ਸੋਸ਼ਲ ਮੀਡੀਆ ਤੇ ਵੀ ਜੁੜੇ ਹੋਏ ਨੇ ਹਰ ਜਗ੍ਹਾ ਜੁੜੇ ਹੋਏ ਨੇ ਸੋ ਆਰਟੀਫੀਸ਼ਲ ਹੈ ਨਾ ਹੋਰ ਨਾਲੇ ਹਾਂ ਆਰਟੀਫੀਸ਼ਲ ਹੈਗੀ ਹੈਗੀ ਲੋਕ ਹੈਗੇ ਨਾ ਉੱਪਰ ਕੁਝ ਹੋਰ ਦਿਲੋਂ ਕੁਸ਼ੂ ਮੈਨੂੰ ਜੋ ਬੰਦਾ ਚੰਗਾ ਲੱਗਦਾ ਭਾਵੇਂ ਮੇਰੀ ਬਣਦੀ ਨਹੀਂ ਹੈਗੀ ਬਟ ਉਹਨੇ ਕੰਮ ਕੀਤਾ ਮੈਂ ਆਲਵੇਜ਼ ਪ੍ਰੇਜ਼ ਕਰਦਾ ਬੇਸ਼ੱਕ ਉਹ ਬੰਦਾ ਐਜ਼ ਅ ਮੈਨ ਚੰਗਾ ਨਹੀਂ ਹੈਗਾ ਬਟ ਜੇ ਉਹਦੇ ਚ ਟੈਲੈਂਟ ਪ੍ਰਮਾਤਮਾ ਨੇ ਬਖਸ਼ਿਆ ਉਹਨੇ ਕੰਮ ਚੰਗਾ ਕੀਤਾ ਤੁਹਾਨੂੰ ਕੀਤਾ ਪਰ ਪੰਜਾਬੀ ਫਿਲਮ ਇੰਡਸਟਰੀ 'ਚ ਦੋ ਚਿਹਰੇ ਵਾਲੇ ਲੋਕ ਨੇ ਜ਼ਿਆਦਾਤਰ ਬਹੁਤ ਨੇ ਦਿਖਾਣ ਵਾਲਾ ਕੁਝ ਹੋਰ ਬਹੁਤ ਨੇ ਜੀ ਬਹੁਤ ਨੇ ਪਿੱਠ ਪਿੱਛੇ ਕੁਝ ਹੋਰ ਥੋੜੇ ਮੂੰਹ ਤੇ ਕੁਝ ਹੋਰ ਬਿਲਕੁਲ ਬਹੁਤ ਨੇ ਥੋੜੇ ਨਾਲ ਖਾਂਦੇ ਨੇ ਪੀਂਦੇ ਨੇ ਬੈਠਦੇ ਨੇ ਫਿਰ ਵੀ ਦੋ ਚਿਹਰੇ ਨੇ ਜੈਲਸ ਜੈਲਸੀ ਹੈ ਜੈਲਸ ਜੈਲਸੀ ਬਾਬਾ ਔਰ ਆਰਟਿਸਟ ਤਾਂ ਕਹਿੰਦੇ ਜੀ ਆਰਟਿਸਟ ਤਾਂ ਇਹਨਾਂ ਚੀਜ਼ਾਂ ਤੋਂ ਬਹੁਤ ਗਾਮੀ ਕੋਈ ਕੋਈ ਨਹੀਂ ਉੱਠਿਆ ਹੁੰਦਾ ਆਟੇ ਸਭ ਤੋਂ ਵੱਧ ਜੈਲਸ ਕਰਦੇ ਇੱਕ ਦੂਜੇ ਤੋਂ ਤੁਸੀਂ ਕਰਦੇ ਹੋ ਕਿਸੇ ਤੋਂ ਕਿਸੇ ਮੇਰੇ ਚ ਵੀ ਆ ਜਾਂਦੀ ਹੈ ਮੈਂ ਨਹੀਂ ਕਹਿੰਦਾ ਕਿ ਨਹੀਂ ਆਉਂਦੀ ਸਿਰ ਆਪਣੇ ਆਪ ਹੈਂਡਲ ਕਰਦੇ ਮੇਰੇ ਉਹਨਾਂ ਚ ਉਹ ਜਿਹੜੇ ਝੂਠ ਬੋਲਦੇ ਜਿਵੇਂ ਫਿਲਮ ਨੇ ਕੱਖ ਨਹੀਂ ਕੀਤਾ ਬਟ ਉਹਨੂੰ ਤੁਹਾਡੇ ਬਰਾਬਰ ਦਿਖਾਉਣ ਲਈ ਉਹਦਾਂ ਦਾ ਮਾਹੌਲ ਕ੍ਰੀਏਟ ਕਰਨਗੇ ਆਪਣੇ ਆਪ ਨੂੰ ਤੱਕੇ ਨਾਲ ਉਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਨਗੇ ਉਹਨਾਂ ਲੋਕਾਂ ਤੋਂ ਮੈਨੂੰ ਦਿਖਾਵੇ ਬਾਜ਼ ਲੋਕਾਂ ਤੋਂ ਹੈਗੀ ਇਰੀਟੇਸ਼ਨ ਜਿਵੇਂ ਮੈਨਾਂ ਦਿਖਾਵੇ ਬਾਜੀ ਚ ਹੈ ਨਹੀਂ ਜਿਹੇ ਜੇ ਤੁਸੀਂ ਨਹੀਂ ਹੁੰਦੇ ਹਾਂ ਜੇ ਮੈਂ ਵੀ ਉਹਦਾਂ ਵਰਗਾ ਹੁੰਦਾ ਮੈਂ ਮੇਤੋਂ ਨਾ ਡਬਲ ਫੇਸ ਜਾਂ ਨਹੀਂ ਬਣਿਆ ਜਾਂਦਾ ਕਿ ਜੇ ਮੈਨੂੰ ਕਿਸੇ ਨਾਲ ਗੁੱਸਾ ਹੈ ਤਾਂ ਹੈ ਉਹ ਮੈਂ ਉਹਨੂੰ ਦਿਖਾ ਦਾਂ ਨਾ ਕਿ ਮੈਨੂੰ ਤੇ ਤੂੰ ਮੈਨੂੰ ਨਹੀਂ ਚੰਗਾ ਲੱਗਦਾ ਨਹੀਂ ਚੰਗੇ ਜਿਹੜੇ ਚੰਗੇ ਲੱਗਦੇ ਆ ਹੈਗੇ ਆ ਉਹਨਾਂ ਨਾਲ ਪਿਆਰ ਬਹੁਤ ਆ ਜਿਹੜੇ ਬੰਦੇ ਨਹੀਂ ਚੰਗੇ ਲੱਗਦੇ ਉਹਨਾਂ ਨੂੰ ਉਦਾਂ ਹੀ ਰਿਐਕਟ ਕਰਦਾ ਮੈਂ ਨਾ ਨੇੜੇ ਨਾ ਬੁਲਾਉਣਾ ਨਾ ਕਰਦਾ ਆਪਣਾ ਆਪਣਾ ਸੁਭਾਅ ਹੈ ਮੇਰਾ ਸੁਭਾਅ ਇਦਾਂ ਦਾ ਸੀਰੀਅਸਲੀ ਤੁਸੀਂ ਜਦੋਂ ਪ੍ਰੋਡਿਊਸਰ ਦੀ ਗੱਲ ਕਰ ਰਹੇ ਸੀ ਕੁਝ ਪ੍ਰੋਡਕਸ਼ਨ ਹਾਊਸਸ ਆਪਣੇ ਫਿਗਰਸ ਜਿਹੜੀਆਂ ਨੇ ਵਧਾ ਚੜਾ ਕੇ ਦੱਸਦੇ ਨੇ ਜਦੋਂ ਫਿਲਮ ਰਿਲੀਜ਼ ਹੁੰਦੀ ਹੈ ਥੀਏਟਰ 'ਚ ਕੋਈ ਗਿਆ ਨਹੀਂ ਹੁੰਦਾ ਤੇ ਅਸੀਂ 3-4 ਦਿਨ ਬਾਅਦ ਸੁਣ ਰਹੇ ਹੁੰਨੇ ਆ ਫਿਲਮ ਇਜ਼ ਅ ਸੁਪਰ ਹਿਟ ਸੁਪਰ ਡੂਪ ਰਿਵਿਊ ਕਰਨ ਵਾਲਿਆਂ ਨੂੰ ਵੀ ਨਹੀਂ ਪਤਾ ਹੁੰਦਾ ਫਿਲਮ ਬਾਰੇ ਜਾਂ ਜਿਹੜੇ ਆਪਾਂ ਕਹਿ ਸਕਦੇ ਆ ਕ੍ਰਿਟਿਕ ਨੇ ਜਿਹੜੇ ਸਾਡੇ ਕ੍ਰਿਟਿਕ ਤਾਂ ਖਰੀਦੇ ਹੋਏ ਨੇ ਆਕਟਰਸ ਨੇ ਸਾਰੇ ਸਭ ਕੁਝ ਵੀ ਕਿਹਾ ਹੈ ਸਭ ਕੁਝ 5 ਸਟਾਰ 3 ਸਟਾਰ ਇੱਕ ਜਿਹੜਾ ਪਹਿਲੇ ਦਿਨ ਪ੍ਰੀਮੀਅਰ ਹੁੰਦਾ ਸਾਰੀ ਆਡੀਅנס ਆਪਦੀ ਬੁਲਾਈ ਹੁੰਦੀ ਹੈ ਉਸ ਫਿਲਮ ਦੇ ਉਹ ਆਡੀਅன்ஸ் ਬਹੁਤ ਸੁਪਰ ਹਿੱਟ ਫਿਲਮ ਕਿਆ ਫਿਲਮ ਹੈ ਜੀ ਬੱਲੇ ਬੱਲੇ ਆ ਫਲਾਣਾ ਧਮਕਾ ਅਗਲੇ ਦਿਨ ਸਨਮੇਂ ਚ ਕੋਈ ਵੜਦਾ ਨਹੀਂ ਉਹ ਚੀਜ਼ਾਂ ਕਦੇ ਕੰਮ ਨਹੀਂ ਕੀਤੀਆਂ ਮੈਂ ਤਾਂ ਦੇਖਿਆ ਨਹੀਂ ਆਡੀਅנס ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਟ੍ਰੇਲਰ ਦੇਖ ਕੇ ਕਿ ਆਹ ਫਿਲਮ ਦੇਖ ਲੈਣੀ ਆ ਆ ਨਹੀਂ ਦੇਖਣੀ ਜਿੰਨਾ ਮਰਜ਼ੀ ਤੁਸੀਂ ਭਾਈ ਜਾਓ ਕਹਿ ਕਹਿ ਕੇ ਕਹਾਈ ਜਾਓ ਲੋਕਾਂ ਤੋਂ ਵੀ ਫਿਲਮ ਬਹੁਤ ਘੈਂਟ ਆ ਜੀ ਬੱਲੇ ਬੱਲੇ ਕੋਈ ਨਹੀਂ ਜਾਂਦਾ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਆਹ ਫਿਲਮ ਦਾ ਟ੍ਰੇਲਰ ਆ ਫਿਲਮ ਅਸੀਂ ਦੇਖਣੀ ਆ ਲੋਕਾਂ ਨੂੰ ਸਮਝ ਆ ਜਾਂਦੀ ਹੈ ਇਹ ਗੱਲ ਫਿਰ ਇੱਕ ਹੋਰ ਟ੍ਰੈਂਡ ਚੱਲਿਆ ਪਿੱਛੇ ਜੇ ਚੱਲ ਰਿਹਾ ਹੁਣ ਵੀ ਟਿਕਟਾਂ ਆਪ ਬਾਈ ਕਰਨੀਆਂ ਆਪਣੀ ਫਿਲਮ ਦੀ ਟਿਕਟ ਆਪ ਹੀ ਖਰੀਦੀ ਮੈਂ 15 ਰੋਪਏ ਆਪਣੀ ਵੀ 25 25 30 40 40 ਲੱਖ ਦੀਆਂ ਟਿਕਟਾਂ ਬਾਈ ਕਰਦੇ ਪ੍ਰੋਡਿਊਸਰ ਪੰਜਾਬੀ ਸਿਨੇਮੇ ਚੱਲਿਆ ਇਹ ਟ੍ਰੈਂਡ ਸਾ ਪਰ ਇਹ ਤਾਂ ਕਟਾ ਹੀ ਹੋਇਆ ਉਹਨਾਂ ਨੂੰ ਕੀ ਕਟਾ ਇਹ ਆ ਉਹਨਾਂ ਨੂੰ ਐ ਕਿ ਅੱਧਾ ਪੈਸਾ ਦਾ ਵਾਪਸ ਆ ਜਾਊਗਾ ਅੱਧੇ ਨਾਲ ਬਸ ਸ਼ੋਅ ਫੁੱਲ ਦਿਖਾ ਕੇ ਰੈਡ ਦਿਖਾ ਕੇ ਉਹ ਤੋਂ ਬਾਅਦ ਐ ਵੀ ਲੋਕ ਆ ਜਾਣਗੇ ਲੋਕ ਫੇਰ ਨਹੀਂ ਵੜਦੇ ਮਿਲਿਆ ਕਿ ਪਿੱਛੇ ਜੇ ਹਿੱਟ ਫਿਲਮਾਂ ਵੀ ਦਿਖਾਈਆਂ ਗਈਆਂ ਕਿ ਆ ਹਿੱਟ ਹੋਈ ਆ ਹਿੱਟ ਹੋਈ ਆ ਬਟ ਉਹਦੇ ਅੱਧੇ ਤੋਂ ਬਾਅਦ ਬਾਇੰਗ ਪ੍ਰੋਡਿਊਸਰ ਦੀ ਸੀਗੀ ਟੈਕਨ ਜਿਹੜੀਆਂ ਖਰੀਦੀਆਂ ਪ੍ਰੋਡਿਊਸਰ ਆਪ ਆਪਣੀ ਫਿਲਮ ਦੇ ਟਿਕਟ ਲੈ ਲੈਣਗੇ ਹਾਂ ਪਾਉਂਦੇ ਆ ਕਈ ਤਾਂ ਫਲੋ ਫਿਲਮਾਂ ਦੇ ਕੇਕ ਕੱਟੇ ਗਏ ਨੇ ਪਿੱਛੇ ਜੇ ਬੜੀ ਹਾਸੇ ਹੁੰਦੀ ਸੀ ਸੀਰੀਅਸਲੀ ਆ ਦੇਖੋ ਇਹ ਕੇਕ ਕੱਟੇ ਗਏ ਨੇ ਫਲੋ ਫਿਲਮ ਸੁਣ ਕੇ ਬਹੁਤ ਹਾਸੀ ਆਉਂਦੀ ਹੈ ਯਾਰ ਕਿ ਕਿਦਾਂ ਮਹਿਸੂਸ ਹੁੰਦਾ ਹੈ ਉਦੋਂ ਕੁਝ জানা ਨਹੀਂ ਆ ਬਸ ਇਹ ਹੁੰਦਾ ਕਿ ਤੁਸੀਂ ਦਿਖਾ ਕੀ ਰਹੇ ਹੋ ਉਹ ਤੁਸੀਂ ਇੰਡਸਟਰੀ ਚ ਸਭ ਨੂੰ ਪਤਾ ਹੁੰਦਾ ਹੈ ਹਰ ਬੰਦੇ ਕੋਲ ਫਿਗਰਸ ਹੁੰਦੀਆਂ ਨੇ ਕਿਹੜੀ ਫਿਲਮ ਨੇ ਕਿੰਨੇ ਪੈਸੇ ਕਮਾਏ ਨੇ ਪਰ ਲੋਕ ਫਿਰ ਵੀ ਕਰਦੇ ਆ ਤੇ ਨੁਕਸਾਨ ਤੇ ਫਾਇਦਾ ਕਿਦਾਂ ਹੋਇਆ ਦੋਨਾਂ ਚ ਨੁਕਸਾਨ ਆਪਣੇ ਆਪ ਨੂੰ ਬਸ ਲੋਕਾਂ ਨੂੰ ਦਿਖਾ ਦੇਣਾ ਕਿ ਫਿਲਮ ਚੱਲ ਗਈ ਜੀ ਤਾਂ ਕਿ ਐਕਟਰ ਨੂੰ ਹੋਰ ਫਿਲਮ ਮਿਲ ਜਾਏ ਐਕਟਰ ਨੂੰ ਤਾਂ ਦੇਖੋ ਐਕਟਰ ਤਾਂ ਜਿਹੜੇ ਚੰਗੇ ਐਕਟਰ ਨੇ ਉਹ ਤਾਂ ਕੰਮ ਕਰ ਹੀ ਰਹੇ ਨੇ ਤੇ ਫਿਰ ਫਾਇਦਾ ਕੀ ਦਾ ਹੋਇਆ ਇਹਦੇ ਚ ਫਾਇਦਾ ਪਤਾ ਨਹੀਂ ਜਾਂਦਾ ਕੋਈ ਨਵੇਂ ਪ੍ਰੋਡਿਊਸਰ ਇੰਡਸਟਰੀ ਦੇ ਵਿੱਚ ਹੋਰ ਲਿਆਉਣ ਲਈ ਕਿ ਆ ਸਾਡੀ ਫਿਲਮ ਚੱਲੀ ਹੈ ਜੀ ਫਲਾਣਾ ਤੇ ਹਮਕਾ ਫਿਗਰਸ ਹੁਣ ਸਾਰਿਆਂ ਨੂੰ ਤਾਂ ਨਹੀਂ ਪਤਾ ਹੁੰਦਾ ਪਰ ਇੰਡਸਟਰੀ ਦੇ ਲੋਕਾਂ ਨੂੰ ਪਤਾ ਹੁੰਦਾ ਪਰ ਜੇ ਅਸੀਂ ਰਿਵਿਊ ਸੱਚਾ ਦਈਏ ਤਾਂ ਐਕਟਰ ਨਰਾਜ਼ ਹੋ ਜਾਂਦਾ ਡਾਇਰੈਕਟਰ ਨਰਾਜ਼ ਹੋ ਜਾਂਦਾ ਕ੍ਰਿਟਿਸਿਜ਼ਮ ਮਿਲਦਾ ਮੈਨੂੰ ਇਹ ਲੰਦਾ ਆਲਵੇਜ਼ ਮੈਂ ਕਦੇ ਕ੍ਰਿਟਿਕਸ ਦੇ ਰਿਵਿਊਜ਼ ਦੀ ਅਹਿਮੀਅਤ ਨਹੀਂ ਰੱਖਦਾ ਕਦੇ ਵੀ ਕੁਝ ਬੋਲੇ ਮੇਰੇ ਬਾਰੇ ਵੀ ਮਾੜਾ ਬੋਲਦੇ ਮੈਂ ਕਦੇ ਉਹਨਾਂ ਨੂੰ ਵੈਲਿਊ ਨਹੀਂ ਦਿੰਦਾ ਇੱਕ ਖਾਣਾ ਤੁਸੀਂ ਖਾ ਰਹੇ ਹੋ ਇਹ ਖਾਣਾ ਮੈਂ ਖਾ ਰਿਹਾ ਸੇਮ ਖਾਣਾ ਖਾ ਰਹੇ ਹੋ ਤੁਹਾਨੂੰ ਪਸੰਦ ਆ ਗਿਆ ਮੈਨੂੰ ਨਹੀਂ ਆਇਆ ਹਮ ਮੈਂ ਕਹਾਂਗਾ ਯਾਰ ਮੇਰੇ ਲਈ ਤਾਂ ਵਧੀਆ ਨਹੀਂ ਤੁਸੀਂ ਕਹੋਗੇ ਬਹੁਤ ਟੇਸਟੀ ਹੈ ਹਰ ਬੰਦੇ ਦਾ ਅਲੱਗ-ਅਲੱਗ ਟੇਸਟ ਹੈ ਮੰਨ ਲਓ ਮੈਂ ਉਹੀ ਕਹਿ ਰਹੀ ਹਾਂ ਜੋ ਆਡੀਅנס ਹੁਣ ਇੱਕ ਇੱਕ ਕ੍ਰਿਟਿਕ ਕਹ ਰਿਹਾ ਜੀ ਇਹ ਫਿਲਮ ਐਦਾਂ ਹੈ ਫਲਾਣੇ ਨੇ ਐਦਾਂ ਜੀ ਉਹਨੂੰ ਆਡੀਅנס ਪਿਆਰ ਦੇ ਰਹੀ ਹੈ ਦੇਖਣ ਜਾ ਰਹੀ ਹੈ ਸਾਰੇ ਕ੍ਰਿਟਿਕਸ ਫੇਲ ਨੇ ਉੱਥੇ ਪਰ ਮੰਨ ਲਓ ਕਿ ਸੇਮ ਹੁਣ ਸਿਨੇਮਾ ਹੈ ਜਿਹੜਾ ਸਿਨੇਮਾ ਹੈ ਆਡੀਅנס ਲਈ ਬਣਦਾ ਹਮ ਮੈਂ ਆਡੀਅנס ਦਾ ਐਕਟਰ ਜੋ ਮੈਂ ਤੋ ਡਿਮਾਂਡ ਕਰਦੀ ਆ ਹੋ ਸਕਦਾ ਮੈਨੂੰ ਕਾਮੇਡੀ ਚ ਨਹੀਂ ਦੇਖਣਾ ਚਾਹੁੰਦੀ ਮੈਨੂੰ ਐਕਸ਼ਨ ਚ ਦੇਖਣਾ ਚਾਹੁੰਦੀ ਬੇਸ਼ੱਕ ਮੈਂ ਜਿੰਨੀ ਮਰਜ਼ੀ ਚੰਗੀ ਪਰਫਾਰਮੈਂਸ ਕਰ ਲਾਂ ਉਹ ਕਹਣਗੇ ਨਹੀਂ ਅਸਾਂ ਤੈਨੂੰ ਐਕਸ਼ਨ ਚ ਦੇਖਣਾ ਤਾਂ ਮੈਂ ਆਡੀਅנס ਦਾ ਐਕਟਰ ਆ ਜੇ ਉਹ ਮੈਨੂੰ ਪਿਆਰ ਦੇ ਰਹੀ ਐ ਮੇਰੀ ਇੱਕ ਫਿਲਮ ਆਈ ਸੀ ਬਲੈਕਆ ਜੀ ਬਲੈਕਆ ਫਿਲਮ ਦਾ ਇੱਕ ਮੈਡਮ ਨੇ ਬੜਾ ਗੰਦਾ ਰਿਵਿਊ ਲਾਇਆ ਬਹੁਤ ਗੰਦਾ ਰਿਵਿਊ ਹਮ ਬਟ ਆਡੀਅנס ਮੇਰੇ ਥੀਏਟਰ ਸਾਰੇ ਫੁੱਲ ਸੀਗੇ ਮੈਂ ਕੀ ਲੈਣਾ ਉਹਦੇ ਰਿਵਿਊ ਤੋਂ ਅੱਛਾ ਚਲੋ ਮੰਨ ਲਓ ਕਿ ਸਾਰੇ ਹੋਏ ਸੀਗੇ ਮੇਰੇ ਆ ਪੂਰੇ ਸ਼ੋਅ ਫੁੱਲ ਸਾਰੇ ਕਿਤੇ ਪਟਿਆਲੇ ਦਾ ਫ ਡਾਂਗਾ ਫਾਫਾ ਕੀ ਫਿਲਮਾਂ ਦੇਖਦੇ ਰਿਹਾ ਸੀ ਤੇ ਮੈਂ ਜਦੋਂ ਫਿਲਮ ਉੱਥੇ ਦੇਖਣ ਗਿਆ ਤੇ ਬਾਹਰ ਮੈਂ ਕਿਹਾ ਇਹੀ ਇੱਥੇ ਮੈਂ ਇੱਕ ਫਿਲਮ ਦੇਖੀ ਸੀ ਮੇਰੇ ਇਦਾਂ ਹੀ ਲਾਈਨ 'ਚ ਲੱਗਿਆ ਹੋਇਆ ਸੀਗਾ ਨਜ਼ਾਰਾ ਆ ਗਿਆ ਜ਼ਿੰਦਗੀ ਦਾ ਹੋਰ ਕੀ ਚਾਹੀਦਾ ਜੋ ਜਿਹਨੇ ਕੋਈ ਬੋਲਣਾ ਬੋਲੀ ਜਾਵੇ ਆਡੀਅנס ਤਾਂ ਜਾ ਰਹੀ ਹੈ ਮੰਨ ਲਓ ਰਿਵਿਊਰ ਨੇ ਉਹੀ ਕਿਹਾ ਜੋ ਆਡੀਅנס ਨੇ ਕਹਿਤਾ ਕਿ ਫਿਲਮ ਚੰਗੀ ਨਹੀਂ ਹੈ ਤੇ ਆਡੀਅנס ਨੇ ਵੀ ਇਸ ਗੱਲ ਨੂੰ ਮੰਨ ਲਿਆ ਹੰਗਾਰਾ ਦਿੱਤਾ ਕਿ ਹਾਂ ਫਿਲਮ ਚੰਗੀ ਨਹੀਂ ਫਿਰ ਮੰਨੋਂਗੇ ਉਹਨਾਂ ਦੀ ਗੱਲ ਫਿਰ ਮੈਂ ਮੰਨਦਾ ਬਿਲਕੁਲ ਫਿਰ ਤੁਸੀਂ ਦੇਖੋ ਜੇ ਮੈਂ ਵੀ ਕੋਈ ਫਿਲਮ ਦੇਖਣ ਜਾਣਾ ਉਹਨੂੰ ਆਡੀਅנס ਪਾਸ ਕਰ ਰਹੀ ਹੈ ਤਾਂ ਮੈਂ ਉਹਨੂੰ ਕ ਬੁਰੀ ਹੈ ਬੁਰੀ ਹੈ ਯਾਰ ਪਤਾ ਨਹੀਂ ਕੀ ਮੈਂ ਤਾਂ ਲੋਕਾਂ ਦੇ ਨਾਲ ਹੋ ਤੁਰਦਾ ਜੇ ਇਹਨਾਂ ਨੂੰ ਪਸੰਦ ਆ ਰਹੀ ਹੈ ਇਹਨਾਂ ਲਈ ਫਿਲਮ ਬਣੀ ਹੈ ਫਿਰ ਚੰਗੀ ਹੋਊਗੀ ਅੱਜ ਕੱਲੇ ਇੱਕ ਹੋਰ ਟ੍ਰੈਂਡ ਵੀ ਆਪਣੀ ਪੂਰੀ ਫੈਮਲੀ ਲੈ ਆਉਂਦੇ ਨੇ ਫਿਲਮ ਇੰਡਸਟਰੀ 'ਚ ਵੀ ਇਹ ਵੀ ਇੱਕ ਕਾਰੋਬਾਰ ਬਣ ਗਿਆ ਬਿਜ਼ਨਸ ਬਿਜ਼ਨਸ ਤਾਂ ਹੈ ਹੀ ਹੈ ਫਿਲਮ ਮੇਕਿੰਗ ਇਜ਼ ਅ ਬਿਜ਼ਨਸ ਪਰ ਹੁਣ ਮੈਨੂੰ ਇਹ ਲੱਗਦਾ ਕਿ ਜਦੋਂ OTT ਆਇਆ ਨਾ ਇਹ ਪਹਿਲਾਂ ਸੀਗਾ ਕਿ ਫੈਮਲੀ ਦੇ ਵਿੱਚੋਂ ਹੀ ਆਰਟਿਸਟ ਕਲਾਕਾਰ ਆਉਂਦੇ ਸੀ ਤਾਂ ਉਹਨੇ ਬਹੁਤ ਸਾਰੇ ਜਿਹੜੇ ਐਕਟਰ ਟੈਲੈਂਟਡ ਐਕਟਰ ਸੀਗੇ ਉਹਨਾਂ ਨੂੰ ਸਿਨੇਮੇ 'ਚ ਜਗ੍ਹਾ ਦਿਵਾਈ ਹੈ ਰਾਜਕੁਮਾਰ ਰਾਓ ਤੋਂ ਲਾ ਕੇ ਹੋਰ ਕਿੰਨੇ ਐਕਟਰ ਅਣਾ ਇਰਫਾਨ ਖਾਨ ਹੂੰ ਉਹ ਤਾਂ ਚਲੋ ਇਸ ਦੁਨੀਆ ਚ ਨਹੀਂ ਰਹੇ ਬਾਬਿਲ ਖਾਨ ਉਹਦਾ ਬੇਟਾ ਹਾਂ ਕਿੰਨੇ ਉਹਦਾ ਬੇਟਾ ਆ ਰਿਹਾ ਤੂੰ ਕਿੰਨਾ ਟੈਲੈਂਟਡ ਹੈ ਬੋਬੀ ਦਿਓਲ ਇੱਕ ਫਿਲਮ ਸਟਾਰ ਦਾ ਬੇਟਾ ਇਨੀ ਦਿਨ ਸਟਰਗਲ ਕਰਦਾ ਰਿਹਾ ਜਦੋਂ ਉਹ ਰੈਡੀ ਹੋ ਕੇ ਹੁਣਾਇਆ ਤਾਂ ਹੁਣ ਲੋਕਾਂ ਨੇ ਉਹਨੂੰ ਦੁਬਾਰਾ ਹੁਣ ਉਹ ਚੀਜ਼ ਨਹੀਂ ਰਹੀ ਬਹੁਤ سارے ਵਰਣਤਵਨ ਵਰਗੇ ਪਿੱਛੇ ਫਿਰਦੇ ਨੇ ਤੇ ਉਹਨਾਂ ਤੋਂ ਕਿੰਨੇ ਟੈਲੈਂਟਡ ਮੁੰਡਿਆਂ ਚ ਕੰਮ ਕਰ ਰਹੇ ਨੇ ਪਰ ਦੇ ਫੇਰ ਵਾਮਿਕਾ ਗੱbbi ਵਰਗੇ ਜਗਜੀਤ ਸੰਧੂ ਵਰਗੇ ਇਹ ਜੇ ਬਹੁਤ ਲੋਕ ਨੇ ਸੁਵਿੰਦਰ ਵਰਗੇ ਇਹਨਾਂ ਨੂੰ ਪੰਜਾਬੀ ਫਿਲਮ ਇੰਡਸਟਰੀ ਨੇ ਓਨੀ ਜਗ੍ਹਾ ਨਹੀਂ ਦਿੱਤੀ ਕਿ ਤਾਂ ਕਰਕੇ ਇਹਨਾਂ ਨੂੰ ਬਾਲੀਵੁੱਡ ਜਾਣਾ ਦੇਖੋ ਹਰ ਇੱਕ ਬੰਦੇ ਦੀ ਆਪਣੀ ਆਪਣੀ ਸੋਚ ਹੈ ਹਰ ਇੱਕ ਬੰਦੇ ਕੋਈ ਇੱਕ ਬੰਦਾ ਕਹਿੰਦਾ ਯਾਰ ਮੈਨੂੰ ਆਹ ਕੈਰੈਕਟਰ ਮਿਲ ਰਿਹਾ ਮੈਂ ਨਹੀਂ ਕਰਨਾ ਹੂੰ ਮੇਰੀ ਆਪਣੀ ਸੋਚ ਹੈ ਮੈਂ ਨਹੀਂ ਕਰਨਾ ਹੋ ਸਕਦਾ ਸੈਕੰਡਰੀ ਲੀਡ ਹਾਂ ਜੋ ਰਿਅਲ ਹੋ ਸਕਦਾ ਮੈਂ ਨਹੀਂ ਕਰਨਾ ਯਾਰ ਮੈਂ ਤਾਂ ਲੀਡ ਤੇ ਆਉਂਗਾ ਹੋ ਸਕਦਾ ਪੰਜਾਬੀ ਸਿਨੇਮੇ ਵਿੱਚ ਉਹਨਾਂ ਨੂੰ ਰੋਲ ਆਫਰ ਹੋ ਰਹੇ ਹੋਣ ਉਹ ਖੁਦ ਹੀ ਇਨਕਾਰ ਰਹੇ ਹੋਣ ਇਹ ਵੀ ਤਾਂ ਹੋ ਸਕਦਾ ਹੈ ਨਾ ਰੀਜ਼ਨ ਤੁਸੀਂ ਕਹਿੰਦੇ ਹੋ ਜਗ੍ਹਾ ਨਹੀਂ ਮਿਲਦੀ ਜਗ੍ਹਾ ਮਿਲਦੀ ਹੈ ਇੰਡਸਟਰੀ ਦੇ ਵਿੱਚ ਕਈ ਬੰਦੇ ਛੋਟੇ ਛੋਟੇ ਰੋਲ ਕਰਕੇ ਰ ਕਈ ਬੰਦੇ ਕਹਿੰਦੇ ਸੀ ਛੋਟਾ ਕਰਨਾ ਹੀ ਨਹੀਂ ਇਸ ਤਾਂ ਪਹਿਲੇ ਹੀ ਤਾਂ ਵੱਡੇ ਤੋਂ ਹੀ ਜਾਣਾ ਇਸ ਤਰ੍ਹਾਂ ਵੀ ਹੋ ਸਕਦਾ ਬਲੈਕ ਯਰ 2 ਵਰਗੀ ਫਿਲਮਾਂ ਆ ਰਹੀਆਂ ਸਟਰੋਂਗ ਐਕਸ਼ਨ ਆਂ ਦਾ ਕੰਟੈਂਟ ਆਂ ਦਾ ਤੁਹਾਨੂੰ ਲੱਗਦਾ ਜੇ ਉਹਦੀ ਆਪੋਜ਼ਿਟ ਕੋਈ ਕਾਮੇਡੀ ਆ ਰਹੀ ਹੋਈ ਪੰਜਾਬੀ ਆਡੀਅנס ਜਿਹੜੀ ਹੈ ਕਾਮੇਡੀ ਵੱਲ ਕਿਉਂ ਭੱਜ ਕੇ ਨਾ ਜਾਂਦੀ ਨਹੀਂ ਜਾਂਦੀ ਜੀ ਨਹੀਂ ਜਾਂਦੀ ਕੰਟੈਂਟ ਚੇਂਜ ਮਾਈਂਡ ਸੈਟ ਅਸੀਂ ਤਾਂ 100 ਕਰੋੜ ਦੀਆਂ ਵਾਸ ਹੋਇਆ ਉਹ ਦੇਖੋ ਤੁਸੀਂ ਗੱਲ ਕਰਦੇ ਹੋ ਇਸ ਟਾਈਮ ਕੈਰੀਅਨ ਜੱਟਾ ਦੀ ਕੈਰੀਅਨ ਜੱਟਾ ਇੱਕ ਬਹੁਤ ਵੱਡੀ ਲੈਗਸੀ ਹੈ ਉਹ ਤਾਂ ਬਹੁਤ ਵੱਡਾ ਬ੍ਰਾਂਡ ਹੈ ਹੂੰ ਉਹ 100 ਕਰੋੜ ਕਰਨਾ ਚਾਹੀਦਾ ਖੁਸ਼ੀ ਵਾਲੀ ਗੱਲ ਹੈ ਜ ਤੇ ਪੰਜਾਬੀ ਸੰਮੇਲੀ ਮਾਨ ਵਾਲੀ ਗੱਲ ਹੈ ਮੇਰੇ ਖਿਆਲ ਦੇ ਵਿੱਚ ਮਸਤਾਨੇ ਵੀ ਆਉਂਦੀ ਹੈ ਉਹ ਵੀ ਚੱਲਦੀ ਹੈ ਦੇਖੋ ਉਹਨੇ ਵੀ ਬਹੁਤ ਵੱਡਾ ਬਿਜ਼ਨਸ ਕੀਤਾ ਹੈ ਮਸਤਾਨੇ ਨੇ ਵੀ ਤਾਂ ਫਿਲਮਾਂ ਚੱਲ ਰਹੀਆਂ ਨੇ ਹਰ ਇੱਕ ਹਰ ਇੱਕ ਕੰਟੈਂਟ ਦੀਆਂ ਫਿਲਮਾਂ ਚੱਲ ਰਹੀਆਂ ਨੇ ਕਾਮੇਡੀ ਵੀ ਚਲਣੀਆਂ ਚਾਹੀਦੀਆਂ ਨੇ ਪਰ ਜਿਹੜੀ ਫਿਲਮ ਦੇ ਬਾਅਦ ਚੋ ਰਿਵਿਊ ਕੀ ਹੈ ਉਹ ਵੀ ਤੁਹਾਨੂੰ ਪਤਾ ਹੀ ਹੈ ਇੱਕ ਵਾਰ ਤਾਂ ਲੋਕ ਗਏ ਲੋਕਾਂ ਨੇ ਸਭ ਕੁਝ ਕੀਤਾ ਬਟ ਉਸ ਤੋਂ ਬਾਅਦ ਵੀ ਇੱਕ ਕਾਮੇਡੀ ਫਿਲਮ ਆਉਂਦੀ ਹੈ ਉਹ ਨਹੀਂ ਚੱਲਦੀ ਹੂੰ ਉਹਦੇ ਵਿੱਚ ਵੀ ਸੇਮ ਸਟਾਰ ਕਾਸਟ ਹੈ ਜੀ ਤੋ ਕੈਰੀਨ ਜੱਟਾ ਦਾ ਇੱਕ ਜਿਹੜਾ ਬ੍ਰਾਂਡ ਨੇਮ ਆ ਉਹ ਬਹੁਤ ਵੱਡਾ ਹੈ ਜੀ ਉਹਦੇ ਲਈ ਲੋਕਾਂ ਦਾ ਇੱਕ ਬਣਿਆ ਹੋਇਆ ਉਹਦੇ ਉੱਤੇ ਯਕੀਨ ਬਹੁਤ ਜ਼ਿਆਦਾ ਇਸ ਕਰਕੇ ਉਹਨੇ 100 ਕਰੋੜ ਕੀਤਾ ਇਹ ਲੋਕਾਂ ਦਾ ਫਿਰ ਇਹ ਕਹਿਣਾ ਹੁੰਦਾ ਵੀ ਇੱਕ ਗੈਂਗਸਟਰ ਨੂੰ ਜਸਟੀਫਾਈ ਕਰ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਕਿ ਗੈਂਗਸਟਰ ਸਾਡੇ ਸਮਾਜ ਦਾ ਹੀ ਹਿੱਸਾ ਨੇ ਨਿਕਲੇ ਹੋਏ ਤਾਂ ਸਾਡੇ ਚੋਂ ਹੀ ਨੇ ਬਿਲਕੁਲ ਤੁਸੀਂ ਕਹਿੰਦੇ ਸਾਨੂੰ ਸਾਰਾ ਕੁਝ ਚੰਗਾ ਹੀ ਚੰਗਾ ਵਾਪਰ ਰਿਹਾ ਕਿ ਦੁਨੀਆ 'ਚ ਸਾਰਾ ਕੁਝ ਚੰਗਾ ਚੰਗਾ ਵਾਪਰ ਰਿਹਾ ਨਹੀਂ ਵਾਪਰ ਰਿਹਾ ਨਾ ਅਸੀਂ ਸਿਰਫ ਅਚਾਈ ਦੇਖਣੀ ਚਾਹੁੰਦੇ ਹਾਂ ਜੋ ਸਾਡੇ ਸਮਾਜ ਚ ਆਲੇ-ਦਾਲੇ ਚੀਜ਼ਾਂ ਹੋ ਰਹੀਆਂ ਨੇ ਉਹਨੂੰ ਅਸੀਂ ਕਿ ਉਹ ਚੀਜ਼ਾਂ ਨੂੰ ਦਿਖਾਉਣਾ ਇਸ ਲਈ ਜ਼ਰੂਰੀ ਹੈ ਕਿ ਉਹ ਚੀਜ਼ਾਂ ਕਿਉਂ ਹੋਈਆਂ ਦੇ ਵੀ ਇੱਕ ਸਵਾਲ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਚ ਬਲੈਕ ਮਨੀ ਨੂੰ ਵਾਈਟ ਕੀਤਾ ਜਾਂਦਾ ਇੱਥੇ ਤਾਂ ਬਹੁਤ ਜ਼ਿਆਦਾ ਕਾਮਨ ਚੀਜ਼ ਬਲੈਕ ਮਨੀ ਹੈ ਸੋ ਬਲੈਕ ਹੀਆ ਮੈਨੂੰ ਪਤਾ ਨਹੀਂ ਕਿਉਂ ਐਦਾ ਲੱਗਦਾ ਬੜਾ ਸਿਨੋਨਿਮਸ ਮੈਨੂੰ ਲੱਗਦਾ ਮੈਨੂੰ ਕਿ ਬਲੈਕ ਮਨੀ ਵਾਈਟ ਕਰਨ ਵਾਲਾ ਹੁਣ ਰਿਹਾ ਹੁਣ ਤਾਂ ਸਾਰਾ ਕੰਮ ਦੂਜਾ ਹੀ ਹੈ ਜੀ ਜੀਐਸਟੀ ਲੈਣੀਆਂ ਪੈਂਦੀਆਂ ਨੇ ਦੇਣਾ ਪੈਂਦਾ ਸਾਰਾ ਕੁਝ ਹੈ ਟੈਕਸ ਪਹਿਲਾਂ ਕਿਸੇ ਟਾਈਮ ਹੁੰਦਾ ਸੀਗਾ ਹੁਣ ਉਹ ਚੀਜ਼ ਘਟ ਗਈ ਹੁਣ ਉਹ ਚੀਜ਼ ਨਹੀਂ ਹੈ ਟੈਕਸ ਪੇ ਕਰਨੇ ਪੈਂਦੇ ਆ ਹਰ ਬੰਦਾ ਚਾਹੁੰਦਾ ਕਿ ਯਾ ਮੈਂ GST ਭੇ ਕਰਾਂ ਸੀ ਕਿੰਨੇ ਲੱਖਾਂ ਲੱਖਾਂ ਦੀਆਂ GST ਦੇ ਅਸੀਂ ਭੇ ਕਰਦੇ ਆ ਤੁਸੀਂ ਪਾਠ ਕਰਦੇ ਹੋ ਰੈਗੂਲਰਲੀ ਮੈਂ ਪਹਿਲਾਂ ਰੈਗੂਲਰਲੀ ਕਰਦਾ ਸੀਗਾ ਸੁਖਮਨੀ ਸਾਹਿਬ ਦੇ ਪਾਠ ਮੈਂ ਦਿਨ ਚ ਬਾਬੇ ਦੀ ਹੈ ਜੀ ਕਿਰਪਾ ਹੋਈ ਸੀ ਮੈਂ ਤਾਂ ਕੌਣ ਹੁਣਾ ਵਾਹਿਗੁਰੂ ਦੀ ਇੰਨੀ ਕਿਰਪਾ ਹੋਈ ਸੀ ਕਿ ਮੈਂ ਤਿੰਨ ਤਿੰਨ ਪਾਠ ਵੀ ਕਰਨ ਲੱਗ ਗਿਆ ਸੀ ਸੁਖਮਨੀ ਸਾਹਿਬ ਦੇ ਹਮ ਹੁਣ ਪਿੱਛੇ ਜੇ ਤੋਂ ਵਿੱਚ ਜੇ ਫੇਰ ਕਰਨੇ ਸ਼ੁਰੂ ਕੀਤੇ ਹੁਣ ਫੇਰ ਲਾ ਟੁੱਟ ਗਈ ਹੁਣ ਬੜਾ ਮਨ ਕਰਦਾ ਕਿ ਯਾਰ ਦੁਬਾਰਾ ਜੁੜੀਏ ਦੁਬਾਰਾ ਜੁੜੀਏ ਬਟ ਪਤਾ ਨਹੀਂ ਜਦੋਂ ਬਾਬੇ ਨੇ ਕਿਰਪਾ ਕੀਤੀ ਫੇਰ ਜੁੜ ਜਾਾਂਗੇ ਗੁਰਬਾਣੀ ਦੇ ਨਾਲ ਉਹਦਾ ਮਨ ਚ ਪਾਠ ਵਾ ਉਹ 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 ਤਾਂ ਬਿਨਾ ਤਾਂ ਸਟੈਪ ਵੀ ਨਹੀਂ ਪੱਟੀ ਦਾ ਕਦੇ ਮੈਂ ਤਾਂ ਦੇਖੋ ਜੀ ਸਿੱਧਾ ਗੁਰੂਗ੍ਰਾਂਦ ਸਾਹਿਬ ਨੂੰ ਮੱਥਾ ਟੇਕਦਾ ਗੁਰੂਗੁਰਦੁਆਰਾ ਸਾਹਿਬ ਜਾਨਾ ਮੈਂ ਨਹੀਂ ਕਹਿੰਦਾ ਕਿ ਮੈਂ ਕਿਸੇ ਧਰਮ ਦਾ ਨਰਾਦਰ ਕਰਦਾ ਜਾਂ ਮੈਂ ਕਿਸੇ ਧਰਮ ਬਾਰੇ ਮਾੜਾ ਬੋਲਦਾ ਮੇਰੇ ਲਈ ਤਾਂ ਜੋ ਸਾਡੇ ਗੁਰੂ ਸਹਿਬਾਨ ਕਹਿ ਗਏ ਨੇ ਉਹ ਉਹ ਮੇਨ ਆ ਮੈਂ ਸਿੱਧਾ ਗੁਰਦੁਆਰਾ ਸਾਹਿਬ ਜਾਨਾ ਉੱਥੇ ਮੱਥਾ ਟੇਕਦਾ ਉੱਥੇ ਅਰਦਾਸਾਂ ਮੇਰੀਆਂ ਸਾਰਾ ਕੁਝ ਉੱਥੇ ਆ ਨਾ ਕਦੇ ਮੈਂ ਕਿਸੇ ਸਪੈਸ਼ਲ ਜਗ੍ਹਾ ਤੇ ਗਿਆ ਨਾ ਮੈਂ ਕਦੇ ਕਿਸੇ ਸਪੈਸ਼ਲ ਜਗ੍ਹਾ ਦੀ ਫੋਟੋ ਪਾਈ ਹੈ ਕਿ ਹਾਂ ਜੇ ਮੈਂ ਇੱਥੇ ਜਾ ਕੇ ਫੋਟੋ ਪਾ ਦੂੰਗਾ ਤਾਂ ਇੱ ਜੋ ਮੈਂ ਹਾਂ ਮੈਂ ਉਹਦੀ ਗੱਲ ਕਰਦਾ ਹੁਣ ਦੂਜਾ ਤੀਜਾ ਬੰਦਾ ਕੋਈ ਕੀ ਬੋਲ ਰਿਹਾ ਉਹ ਉਹਨਾਂ ਨੂੰ ਪਤਾ ਹਰ ਇੱਕ ਬੰਦੇ ਦੀ ਆਪਣੀ ਸੋਚ ਹੈ ਜੀ ਤੁਸੀਂ ਇੰਡਸਟਰੀ ਦੇ ਨਾਲ ਲੋਕਾਂ ਦੇ ਨਾਲ ਉੱਠਦੇ ਬੈੰਦੇ ਹੋ ਦੋਸਤ ਸਮਿੱਤਰ ਹੈਗੇ ਇੰਡਸਟਰੀ ਚ ਬਹੁਤ ਘੱਟ ਮੇਰਾ ਸਰਕਲ ਬਹੁਤ ਘੱਟ ਹੈ ਹੁਣ ਸਾਡੀ ਇੱਕ ਸੀਸੀਐਲ ਸੈਲੀਬ੍ਰਿਟੀ ਕ੍ਰਿਕਟ ਲੀਗ ਹੈ ਹਾਂ ਸੀਸੀਐਲ ਉਹਦੇ ਵਿੱਚ ਮੇਰੇ ਨਾਲ ਹੁਣ ਆ ਨਿੰਜੇ ਬਾਈ ਉਰੀ ਬੱਬਲ ਰਾਏ ਵੀਰ ਜੱਸੀ ਗਿੱਲ ਹਾਂ ਸਾਰੇ ਪ੍ਰਭ ਗੱਲ ਬਾਈ ਇਹ ਮਿਲੇ ਪਿੱਛੇ ਜੇ ਇਹਨਾਂ ਨਾਲ ਹੁਣ ਮੇਲਗਿਲ ਸ਼ੁਰੂ ਹੋਇਆ ਅਦਰਵਾਈਜ਼ ਪਹਿਲਾਂ ਮੈਂ ਬਿਲਕੁਲ ਨਹੀਂ ਸੀ ਇੰਨਾ ਇੰਡਸਟਰੀ ਦੇ ਵਿੱਚ ਬੈਠਦਾ ਜਾਂ ਮੇਰੇ ਪ੍ਰੋਡਿਊਸਰ ਜਾਂ ਮੇਰੇ ਡਾਇਰੈਕਟਰ ਓ ਕਿਉਂ ਬਸ ਮੈਂ ਰੈਣਾ ਪਟਿਆਲੇ ਆਂ ਜੀ ਪਿੰਡ ਰੈਣਾ ਮੈਂ ਆਪਣੇ ਚੰਡੀਗੜ੍ਹ ਮੈਂ ਬਹੁਤ ਘੱਟ ਕੰਮ ਦੇ ਸਿਲਸਿਲੇ 'ਚ ਆਉਣਾ ਜਾਂ ਡਬਿੰਗ ਕਰਨੀ ਆਪਣਾ ਕੰਮ ਕੀਤਾ ਤੇ ਵਾਪਸ ਫੇਰ ਪਟਿਆਲੇ ਪਿੰਡ ਚਲਾ ਗਿਆ ਪਟਿਆਲੇ ਮੇਰਾ ਸਾਥੀ ਵੀ ਨੂੰ ਢੱਲੋਂ ਬਾਈ ਐ ਅੱਛਾ ਉਹੀ ਸਰਕਲ ਸੀਗਾ ਸਾਡਾ ਜਾਂ ਰਣਾ ਨਨਵੀਰ ਬਾਈ ਹੁੰਦਾ ਸੀਗਾ ਉਹਦਾ ਫਿਰ ਹੁਣ ਇੱਥੇ ਆ ਗਏ ਵੀ ਨੂੰ ਬਾਈ ਵੀ ਤਾਂ ਬਸ ਇਹੀ ਸਾਡਾ ਮੇਲਾ ਪਟਿਆਲੇ ਪਿੰਡ ਉੱਥੇ ਹੀ ਬਸ ਸੋ ਇਨਿਸ ਐਕਟਰ ਰਕਟਰ ਦੋਸਤ ਨਹੀਂ ਬਣੇ ਜ਼ਿਆਦਾ ਮੇਰਾ ਨਹੀਂ ਹੈ ਮੇਰੇ ਬਹੁਤ ਘੱਟ ਹੈ ਜੀ ਸਟਾਰ ਵਰਗੀ ਫੀਲਿੰਗ ਨਹੀਂ ਆਉਂਦੀ ਤੁਹਾਨੂੰ ਮੈਂ ਕਦੇ ਵੀ ਨਹੀਂ ਲਈ ਹੱਦ ਤੱਕ ਆਉਂਦੀ ਨਹੀਂ ਉਹ ਕਿਉਂ ਹਾਏ ਹੁਣ ਤਾਂ ਨਹੀਂ ਕਰ ਮੈਂ ਨਾ ਨਾ ਮੈਂ ਮੈਂ ਤੁਹਾਨੂੰ ਕਹਿ ਰਿਹਾ ਕਿ ਮੇਰਾ ਜ਼ਿਆਦਾਤਰ ਮੈਨੂੰ ਬਿੰਨੂ ਬਾਈ ਵੀ ਇਵਨ ਕਿ ਐਮੀ ਬਾਈ ਵੀ ਕਹਿੰਦਾ ਸੀ ਬਾਈ ਇਕੱਲੇ ਨਾ ਫਿਰਿਆ ਕਰੋ ਤੁਸੀਂ ਜਾਂ ਤੁਸੀਂ ਇਕੱਲੇ ਤੁਰ ਜਾਣਾ ਮੈਨੂੰ ਲੱਗਦਾ ਕਿ ਮੈਂ ਉਵੇਂ ਹੀ ਆ ਸਾਰਾ ਕੁਝ ਉਵੇਂ ਹੀ ਚੱਲ ਰਿਹਾ ਹੈ ਉਵੇਂ ਚੀਜ਼ਾਂ ਨੇ ਤਾਂ ਆਪਾਂ ਚ ਇੱਕ ਦੋ ਮਿੱਤਰ ਕਰੇ ਕਿਤੇ ਚੱਲਣਾ ਤਾਂ ਉਹਨਾਂ ਨੂੰ ਪੁੱਛ ਲਈਦਾ ਬਈ ਚੱਲੋਂਗੇ ਯਾਰ ਅੱਜ ਫਲਾਣੀ ਤਾਂ ਡਬਿੰਗ ਹੈ ਜੇ ਤਾਂ ਕਹਿ ਦੂਗਾ ਹਾਂ ਨਹੀਂ ਫਿਰ ਮੈਂ ਕਈ ਵਾਰ ਇਕੱਲਾ ਵੀ ਦੱਬ ਲੈਣਾ ਗੱਡੀ ਇਕੱਲੇ ਨਹੀਂ ਕਰ ਜਾਨੇ ਆਪ ਚਲਾ ਕੇ ਚਲੇ ਜਾਨੇ ਆਪ ਚਲਾ ਕੇ ਚਲੇ ਜਾਨੇ ਜੀ ਡਿਜੇ ਡਰਾਈਵਰ ਆ ਗਿਆ ਠੀਕ ਨਹੀਂ ਆਪ ਚਲਾ ਜਾਣਾ ਇਕੱਲਾ ਬਹੁਤ ਚੰਗਾ ਲੱਗਿਆ ਤੁਹਾਡਾ ਸੁਭਾਅ ਜਿਹੜਾ ਇਦਾਂ ਹੀ ਬਣਿਆ ਰਹਿ ਉਮੀਦ ਤਾਂ ਮੈਂ ਇਹੀ ਕਰਦੀ ਹੈ ਥੈਂਕ ਯੂ ਸੋ ਮੱਚ ਬਹੁਤ ਵਧੀਆ ਲੱਗਿਆ ਤੁਹਾਡ ਨਾਲ ਗੱਲ ਕਰਕੇ ਤੁਹਾਡੀ ਆਉਣ ਵਾਲੀਆਂ ਫਿਲਮਾਂ ਲੱਕੀਅਰ ਟੂ ਤੇ ਉੱਚਾ ਦਰਬਾਰ ਬਣਨ ਲੱਗਦਾ ਦੋਨੋਂ ਬਹੁਤ ਵਧੀਆ ਕਰਾ ਥੈਂਕ ਯੂ ਥ